ਅੱਜ ਦੇ ਅਸੀਂ ਮੁੱਦੇ ਦੇ ਵਿੱਚ ਅਸੀਂ ਸਾਡੇ ਕੋਲ ਤਿੰਨ ਚਾਰ ਮੁੱਦੇ ਨੇ। ਇੱਕ ਤਾਂ ਮਾਨੂਮੈਂਟਸ ਦਾ ਆ ਜਿਹੜਾ ਕਿ ਸਿੱਖ ਵਾਰ ਮੈਮੋਰੀਅਲ ਦੇ ਵਿੱਚ ਇੱਥੇ ਲੰਡਨ ਦੇ ਵਿੱਚ ਆਪਾਂ ਕੋਈ ਜਗ੍ਹਾ ਐਸੀ ਜਿੱਥੇ ਸਭ ਨੂੰ ਸਾਰਿਆਂ ਨੂੰ ਮਨਜ਼ੂਰ ਹੋਵੇ ਉਸ ਜਗ੍ਹਾ ਦੇ ਉੱਤੇ ਉਹਨਾਂ ਫੌਜੀਆਂ ਦਾ, ਉਹਨਾਂ ਵੀਰਾਂ ਦਾ, ਉਹਨਾਂ ਸ਼ਹੀਦ ਸਿੰਘਾਂ ਦਾ ਜਿਹੜੇ ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ ਦੇ ਵਿੱਚ 83,000 ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਕੇ ਅਤੇ ਇਸ ਬ੍ਰਿਟਿਸ਼ ਇੰਪਾਇਰ ਨੂੰ ਬਚਾਉਣ ਵਾਸਤੇ ਆਪਣਾ ਸਭ ਕੁਛ ਨਿਸ਼ਾਵਰ ਕਰ ਗਏ। 1,05,000 ਦੇ ਕਰੀਬ ਜ਼ਖਮੀ ਹੋਏ ਸਾਡੇ ਉਹ ਵੀਰ ਯੋਧੇ, ਜੋ ਸਿੱਖ ਕੌਮ ਦਾ ਬੜਾ ਵੱਡਾ ਮਾਣ ਆ। ਉਹਨਾਂ ਦੀ ਯਾਦ ਇਸ ਤਰ੍ਹਾਂ ਸੈਂਟਰ ਲੰਡਨ ਦੇ ਵਿੱਚ ਕਿਸੇ ਸਟੱਜੀ ਜਗ੍ਹਾ ਦੇ ਉੱਤੇ ਬਣਾਈ ਜਾਵੇ ਜਿੱਥੇ ਕਿ ਸਾਰੇ ਸਿੱਖ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਸਕਣ। ਦੂਸਰਾ ਸਾਡਾ ਵਿਸ਼ਾ ਹੈ ਕਿ ਕੇਰ ਸਿੰਘ ਅਤੇ ਭਾਈ ਸਤਵੰਤ ਸਿੰਘ ਉਹਨਾਂ ਦੀ ਸ਼ਹੀਦੀ ਦਿਹਾੜਾ ਵੀ ਆ ਰਿਹਾ ਆ। ਉਹਦੇ ਨਾਲ ਹੀ ਜੋ ਓਨਟਾਰੀਓ ਦੇ ਵਿੱਚ, ਕੈਨੇਡਾ ਦੇ ਵਿੱਚ ਜੋ ਸਰਕਾਰੀ ਦਖਲਅੰਦਾਜ਼ੀ ਗੁਰੂ ਘਰਾਂ ਦੇ ਵਿੱਚ ਕੀਤੀ ਜਾ ਰਹੀ ਸੀਗੀ ਉਹਦੇ ਬਾਰੇ ਵਿੱਚ ਵੀ ਆਪਾਂ ਗੱਲ ਕਰਾਂਗੇ ਕਿ ਗੁਰੂ ਘਰਾਂ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਕਿਸ ਤਰ੍ਹਾਂ ਉਹ ਬੰਦ ਹੋਣੀ ਚਾਹੀਦੀ ਆ। ਅਤੇ ਨਾਲ ਹੀ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੁਣਾਂ ਦੀ ਸਪੁੱਤਰੀ ਜੋ ਅੱਜ ਕੱਲ੍ਹ ਲੰਡਨ ਦੇ ਟੂਰ 'ਤੇ ਨੇ, ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਭਾਈ ਦਵਿੰਦਰਜੀਤ ਸਿੰਘ ਜੀ ਸਾਡੇ ਨਾਲ ਜੋ ਫੈਡਰੇਸ਼ਨ ਦੇ ਮਹਾਨ ਕਾਰਕੁਨ ਨੇ, ਬੜੀਆਂ ਵੱਡੀਆਂ ਉਹਨਾਂ ਨੇ ਇਹਦੇ ਵਿੱਚ ਆਣ ਕੇ ਫੈਡਰੇਸ਼ਨ ਨੂੰ ਦੇਣ ਦਿੱਤੀ ਆ। ਫੈਡਰੇਸ਼ਨ ਦੇ ਸਹੀ ਮੁੱਦੇ ਜਿਹੜੇ ਨੇ ਉਹ ਉਠਾ ਕੇ ਕੌਮ ਦੇ ਅੱਗੇ ਲਿਆਂਦੇ। ਜਿਸ ਤਰ੍ਹਾਂ ਅੱਜ ਮੋਨੂਮੈਂਟਸ ਦੀ ਗੱਲ ਚੱਲ ਰਹੀ ਆ, ਫੈਡਰੇਸ਼ਨ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਹ 2-3 ਸਾਲ ਪਹਿਲਾਂ ਤੋਂ ਆਪਣਾ ਪੂਰਾ ਸੰਘਰਸ਼ ਇਹਦੇ ਵਾਸਤੇ ਵਿੱਢਿਆ ਹੋਇਆ ਸੀਗਾ। ਸੋ ਅੱਜ ਬਹੁਤ ਸ਼ਲਾਘਾਯੋਗ ਆ ਕਿ ਇਹੋ ਜਿਹੇ ਵੀਰਾਂ ਨੇ ਇਹੋ ਜਿਹੇ ਜਿਹੜੇ ਮੁੱਦੇ ਕੌਮ ਦੇ ਉਠਾਏ ਅਤੇ ਉਹਨਾਂ ਮੁੱਦਿਆਂ ਨੂੰ ਅੱਜ ਬੂਰ ਪੈਣ 'ਤੇ ਆ ਗਿਆ ਆ। ਸਾਰੇ ਮੇਰੇ ਵੀਰ ਵਧਾਈ ਦੇ ਹੱਕਦਾਰ ਨੇ। ਸੋ ਮੈਂ ਹੁਣ ਚੱਲਾਂਗਾ ਭਾਈ ਦਵਿੰਦਰਜੀਤ ਸਿੰਘ ਜੀ ਉਹਨਾਂ ਦੇ ਕੋਲ, ਜਿਹੜੇ ਕਿ ਫੈਡਰੇਸ਼ਨ ਦੇ ਬੜੇ ਵੱਡੇ ਕਾਰਕੁਨ ਨੇ। ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ ਕਿ ਫੈਡਰੇਸ਼ਨ ਦਾ ਜਿੰਨਾ ਭਾਰ ਇਹਨਾਂ ਵੀਰਾਂ ਦੇ ਮੋਢਿਆਂ ਦੇ ਉੱਤੇ ਆ। ਬੜੇ ਹੀ ਦਿਨ ਰਾਤ ਮਿਹਨਤ ਕਰਕੇ ਆਪਣੇ ਕਾਰੋਬਾਰ ਵੀ, ਆਪਣਾ ਕੰਮ ਵੀ ਕਰਦੇ ਨੇ, ਨਾਲ ਇਹ ਧਾਰਮਿਕ ਕੰਮਾਂ ਦੇ ਵਿੱਚ ਵੀ ਜਿਸ ਤਰ੍ਹਾਂ ਪੂਰੀ ਸੁਹਿਰਦਤਾ ਦੇ ਨਾਲ ਉਹ ਆਪਣਾ ਯੋਗਦਾਨ ਨਿਭਾ ਰਹੇ ਨੇ, ਵਧਾਈ ਦੇ ਹੱਕਦਾਰ ਨੇ। ਇਹੀ ਨਹੀਂ, ਇਹਨਾਂ ਦਾ ਫਾਦਰ ਸਾਹਿਬ ਵੀ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਬੜੀ ਸੇਵਾ ਕਰਕੇ ਗਏ ਨੇ। ਸੋ ਆਪਾਂ ਦਵਿੰਦਰਜੀਤ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਮੋਨੂਮੈਂਟਸ ਦੀ ਗੱਲ ਕਰਦੇ ਹਾਂ ਕਿ ਆਪਣੇ ਕੋਲੋਂ ਪਹਿਲਾਂ ਤਾਂ ਫੈਡਰੇਸ਼ਨ ਨੇ ਕਾਫੀ ਇਹਦੇ ਉੱਤੇ ਕੰਮ ਕੀਤਾ, ਫਿਰ ਅਸੀਂ ਬੜੇ ਲੱਕੀ ਰਹੇ ਕਿ ਸਾਨੂੰ ਘੱਟੋ ਘੱਟ ਦੋ ਸਾਡੇ ਵੀਰ MP, ਇੱਕ ਤਾਂ ਬੀਬੀ ਪ੍ਰੀਤ ਕੌਰ ਜੀ ਗਿੱਲ ਅਤੇ ਦੂਜਾ ਧਨਮਨਜੀਤ ਸਿੰਘ ਜੀ ਢੇਸੀ, ਸਾਨੂੰ ਬੜੇ ਵਡਮੁੱਲੇ ਹੀਰੇ ਕੌਮ ਨੂੰ ਮਿਲ ਗਏ ਨੇ ਅਤੇ ਉਹਨਾਂ ਨੇ ਆਪਸ ਵਿੱਚ ਜਿਸ ਤਰ੍ਹਾਂ ਕੰਮ ਵੰਡ ਕੇ ਇਹਨਾਂ ਦੋਨਾਂ ਕੰਮਾਂ ਨੂੰ ਚਲਾ ਰਹੇ ਨੇ। ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਇਹਨਾਂ ਕੰਮਾਂ ਦੀ ਨੂੰ ਅੱਗੇ ਤੋਰਦੇ ਜੇ, ਕਿਸ ਤਰ੍ਹਾਂ ਫੈਡਰੇਸ਼ਨ ਨੇ ਇਹਨਾਂ ਕੰਮਾਂ ਨੂੰ ਉਹਨਾਂ ਤੱਕ ਪਹੁੰਚਾਇਆ ਔਰ ਉਹਨਾਂ ਨੂੰ ਅੱਜ ਪਾਰਲੀਮੈਂਟ ਤੱਕ ਲੈ ਕੇ ਗਏ ਨੇ? ਭਾਈ, ਜਿੱਦਾਂ ਤੁਸੀਂ ਦੱਸਿਆ ਵੀ ਜਦੋਂ 2015 ਦੀ ਚੋਣ ਹੋਣੀ ਸੀ, ਹਾਂਜੀ, ਉਦੋਂ ਸਿੱਖ ਮੈਨੀਫੈਸਟੋ ਬਣਾਇਆ ਸੀ, ਉਹਦੇ ਵਿੱਚ ਵੱਖਰੇ ਵੱਖਰੇ ਮੁੱਦੇ ਸੀਗੇ। ਠੀਕ। ਅਤੇ ਇੱਕ ਮੁੱਦਾ ਉਹਦੇ ਵਿੱਚ ਸੀਗਾ ਵੀ ਕਰਕੇ ਜਿਹੜੀ ਪਹਿਲੀ ਲੜਾਈ ਸੀ, ਹਾਂਜੀ, ਇਹ 1914 ਤੋਂ 1918 ਵਿੱਚ ਹੋਈ ਸੀ। ਹਾਂਜੀ। ਤਾਂ ਜੇ ਆਪਾਂ ਹੁਣ ਦੇਖੀਏ, ਆਪਾਂ 2018 ਵਿੱਚ ਆ, ਹਾਂਜੀ, ਪੂਰਾ 100 ਸਾਲ 11 ਨਵੰਬਰ ਨੂੰ ਹੋ ਜਾਣਾ ਜਦੋਂ ਪਹਿਲੀ ਲੜਾਈ ਖਤਮ ਹੋਈ ਸੀ। ਹਾਂਜੀ। ਤਾਂ ਆਪਾਂ ਉਸ ਜਗ੍ਹਾ 'ਤੇ ਵੀ ਗਏ ਸੀ, ਜਿੱਥੇ ਆਪਾਂ ਦੇਖ ਕੇ ਆਏ ਸੀ ਮੈਨਿੰਗ ਗੇਟ 'ਤੇ। ਹਾਂਜੀ। ਤਾਂ ਉਦੋਂ 31 ਜਨਵਰੀ ਜਦੋਂ ਆਪਾਂ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਹੈਵਲੋਕ ਰੋਡ 'ਤੇ ਮੈਨੀਫੈਸਟੋ ਲਾਂਚ ਕੀਤਾ ਸੀ, ਹਾਂਜੀ ਹਾਂਜੀ, ਤਾਂ ਉਦੋਂ ਵੱਖਰੇ ਵੱਖਰੇ ਪਾਰਟੀਆਂ ਦੇ ਬੰਦੇ ਵੀ ਆਏ ਸੀ। ਹਾਂਜੀ। ਤੁਹਾਨੂੰ ਚੇਤਾ ਹੋਣਾ ਪਰਮਜੀਤ ਸਿੰਘ ਡਾਂਡਾ ਜਿਹੜਾ ਪਹਿਲਾ ਸਿੱਖ ਮਿਨਿਸਟਰ ਵੀ ਸੀ, ਹਾਂਜੀ, ਉਹ ਵੀ ਕਹਿੰਦਾ ਬਹੁਤ ਚੰਗਾ ਸਟੈਪ ਆ। ਹਾਂਜੀ। ਜੀ, ਇਹਦੇ ਵਿੱਚ ਤੁਸੀਂ ਇਸ਼ੂ ਰੱਖੇ ਆ ਵੀ ਸਾਡੀ ਪੋਲੀਟੀਕਲ ਰੈਪ੍ਰਜੈਂਟੇਸ਼ਨ ਵੀ ਚਾਹੀਦੀ। ਦੇਖੋ, ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਨਾ ਤੁਹਾਨੂੰ ਰੋਕਦਾ ਇੱਕ ਮਿੰਟ ਜਿਹੜਾ ਕਿ ਆਪਾਂ ਸਾਰੇ ਉਦੋਂ ਫੈਡਰੇਸ਼ਨ ਦਾ ਕੈਂਪ ਲੈ ਕੇ ਉੱਥੇ ਜਾ ਕੇ ਲਾਇਆ, ਦੇਖਿਆ ਜਾ ਕੇ ਸਾਰਾ ਕੁਛ, ਮਤਲਬ 83,000 ਸਿੱਖ ਫੌਜੀ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਸ ਵਰਲਡ ਵਾਰ ਦੇ ਵਿੱਚ। ਅਤੇ ਜਦੋਂ ਅਸੀਂ ਲਿਸਟ ਪੜ੍ਹਦੇ ਸੀਗੇ, ਇੱਕ ਤਾਂ ਟਾਵਾਂ ਸਿੰਘ ਦਾ ਨਾਂ ਆਉਂਦਾ ਸੀ, ਨਹੀਂ ਤਾਂ ਉਹ ਵੀ ਨਾਂ, ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਨਾਵਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਖੁਰਦ ਬੋਧ ਕਰ ਦਿੱਤਾ ਜਾਵੇ। ਹਾਂਜੀ। ਅਤੇ ਸਿੱਖ ਕੌਮ ਅਜੇ ਤੱਕ ਵੀ ਓਬੀਅਸਲੀ ਬੈਠੀ ਹੈ, ਅਤੇ ਸਿੱਖ ਕੌਮ ਨੂੰ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਆਪਣੇ ਸਿੱਖ ਯੋਧਿਆਂ ਵੱਲ, ਸਿੱਖ ਵੀਰਾਂ ਵੱਲ।
ਕਿ 83,000 ਸਿੱਖ ਜਿਹੜਾ ਉਹ ਪਹਿਲੀ ਅਤੇ ਦੂਜੀ ਵਰਲਡ ਵਾਰ ਦੇ ਵਿੱਚ ਸ਼ਹੀਦ ਹੋਇਆ। ਪਰ ਉਹਨਾਂ ਨਾਵਾਂ ਦੇ ਵਿੱਚ ਲਿਸਟ ਜਦੋਂ ਪੜ੍ਹਦੇ ਹਾਂ, ਮੇਰਾ ਖਿਆਲ ਉਹ ਸਾਰੇ 83,000 ਨਹੀਂ ਹੋਣੇ ਜਿੰਨੇ ਉੱਥੇ ਨਾਂ ਲਿਖੇ ਸੀਗੇ, ਪਰ ਸਾਡੇ ਸਿੱਖਾਂ ਦਾ ਕੋਈ ਟਾਵਾਂ ਟਾਵਾਂ ਨਾਂ ਵਿੱਚ ਜਾ ਕੇ ਲੱਭਦਾ ਆ। ਕਿਉਂਕਿ ਭਾਈ ਉੱਥੇ ਮੈਨ ਗੇਟ 'ਤੇ ਸਿਰਫ ਉਹ ਨਾਂ ਲਿਖੇ ਜਿਨ੍ਹਾਂ ਦੀਆਂ ਅੱਜ ਤੱਕ ਲਾਸ਼ਾਂ ਨਹੀਂ ਮਿਲੀਆਂ। ਹਾਂਜੀ, ਤਾਂ ਉਹ ਵੀ ਮੈਨੂੰ ਇਹ ਹੁਣ 70-80,000 ਉੱਥੇ ਨਾਂ ਲਿਖੇ, ਅਤੇ ਜਦੋਂ ਹੁਣ ਵੀ ਉਹ ਕਿਤੇ ਫੀਲਡਾਂ ਵਿੱਚ, ਤੁਹਾਨੂੰ ਪਤਾ ਵੀ ਹੁਣ ਸਾਇੰਸ ਹੈਗਾ ਵੀ DNA ਤੋਂ ਟੈਸਟ ਕਰਕੇ, ਹਾਂਜੀ, ਜੇ ਉਹਨਾਂ ਨੂੰ ਪਤਾ ਲੱਗ ਜਾਵੇ ਕੋਈ ਹੱਡੀ ਮਿਲ ਜਾਵੇ ਤਾਂ ਉਹ ਤੋਂ ਪਤਾ ਲੱਗ ਜਾਵੇ ਵੀ ਕਿਹੜਾ ਸੋਲਜਰ ਸੀ, ਉਹ ਫਿਰ ਮਟੇਨ ਦੇ ਨਾਂ ਉਸ ਗੇਟ ਤੋਂ। ਤਾਂ ਉਹ ਨਾਂ ਜਿੱਦਾਂ ਅਸੀਂ ਕਿਹਾ ਵੀ ਕਈ ਸਿੰਘਾਂ ਦੇ ਲਿਖੇ ਆ, ਹਾਂਜੀ, ਜਿਹਨਾਂ ਦੀਆਂ ਅੱਜ ਤੱਕ 100 ਸਾਲ ਹੋ ਗਿਆ, 100 ਸਾਲ ਤੋਂ ਉੱਪਰ ਹੀ ਹੋ ਗਿਆ ਜੀ, ਹਾਂਜੀ, ਉਹਨਾਂ ਦੀਆਂ ਅੱਜ ਤੱਕ ਲਾਸ਼ਾਂ ਨਹੀਂ ਮਿਲੀਆਂ। ਪਰ ਯਾਦਗਾਰ ਉਹਨਾਂ ਇੰਨੀ ਸੋਹਣੀ ਬਣਾਈ ਆ, ਹਾਂਜੀ, ਜਿੱਥੇ ਰੋਜ਼ ਹਾਂਜੀ 8 ਵਜੇ ਸ਼ਾਮ ਨੂੰ, ਬਿਲਕੁਲ, ਉਹ ਵੇਖੋ ਦੋਨੋਂ ਟਾਈਮ ਆਣ ਕੇ ਨਤਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ। ਪਰ ਸਾਡੀਆਂ ਜਿੱਥੇ ਐਡੀ ਵੱਡੀ ਕੁਰਬਾਨੀ ਆ ਸਾਡੇ ਸਿੱਖ ਯੋਧਿਆਂ ਦੀ, ਸਿੱਖ ਵੀਰਾਂ ਦੀ, 83,000 ਕੁਰਬਾਨੀਆਂ, ਕੋਈ ਥੋੜ੍ਹੀ ਬਹੁਤ ਕੁਰਬਾਨੀ ਨਹੀਂ। ਔਰ ਇੱਥੋਂ ਤੱਕ ਵੀ ਲਿਖਿਆ ਉਹਦੇ ਵਿੱਚ ਵਰਲਡ ਵਾਰ ਦੇ ਜਦੋਂ ਬਾਰੇ ਪੜ੍ਹਦੇ ਹਾਂ ਕਿ ਜੇ ਕੋਈ ਵਾਪਸ ਜਾਣ ਦੀ ਗੱਲ ਹੁੰਦੀ ਸੀ ਨਾ, ਤਾਂ ਭਾਜੀ ਉਹਨੂੰ ਹੀ ਵਾਪਸ ਜਾ ਸਕਦਾ ਸੀਗਾ ਜਿਹੜਾ ਹੈਂਡੀਕੈਪਡ ਹੋ ਗਿਆ ਜੰਗ ਦੇ ਵਿੱਚ ਲੜਦਿਆਂ, ਜਾਂ ਜਿਹਦੀ ਅੱਖ ਚਲੇ ਗਈ ਆ, ਜਾਂ ਹੈਂਡੀਕੈਪ ਬਾਂਹ ਚਲੇ ਗਈ ਆ, ਜਾਂ ਲੱਤ ਚਲੇ ਗਈ ਆ, ਮਤਲਬ ਜਿੰਨਾ ਚਿਰ ਤੱਕ ਘੋੜਾ ਦੌੜਦਾ ਆ ਉਹਦੇ ਕੋਲੋਂ ਪੂਰਾ ਕੰਮ ਲਿਆ ਜਾਵੇ ਇੱਥੇ ਹੀ, ਜਿੱਦਣ ਉਹ ਦੌੜਨੋਂ ਹਟ ਜਾਵੇ ਫਿਰ ਉਹਨੂੰ ਵਾਪਸ ਭੇਜ ਦਿਓ। ਹਾਂਜੀ, ਅਤੇ ਭਾਈ ਆਪਾਂ ਉਹ ਇਸ਼ੂ 'ਤੇ ਮੁੜ ਕੇ ਹੀ ਆਈਏ ਵੀ ਜਦੋਂ 31 ਜਨਵਰੀ 2015 ਨੂੰ ਇਹ ਲਾਂਚ ਕੀਤਾ ਗਿਆ, ਮੈਂ ਤਾਂ ਕਹੂੰਗਾ ਇਹ ਕੋਈ ਇੱਕ ਜਥੇਬੰਦੀ ਦਾ, ਕੋਈ ਇੱਕ ਇੰਡੀਵਿਜੁਅਲ ਸਿੱਖਦਾ, ਇਹ ਆਪਣਾ ਸਾਂਝਾ ਕੰਮ ਆ। ਹਾਂਜੀ ਹਾਂਜੀ, ਕਿਉਂਕਿ ਉਹ ਜਿਹੜੇ ਸਿੰਘ ਲੜੇ ਸੀ, ਜਿਹਨਾਂ ਕੁਰਬਾਨੀ ਦਿੱਤੀ, ਉਹਨਾਂ ਨੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ। ਬਿਲਕੁਲ ਜੀ, ਕਿਉਂਕਿ ਉਹ ਸਾਰੇ ਹੀ ਦਸਤਾਰਧਾਰੀ ਸਿੱਖ ਸੀ ਸਾਰੇ। ਬਿਲਕੁਲ, ਤਾਂ ਅੱਜ ਜਦੋਂ ਆਪਾਂ ਯੂਰਪ ਦੀ ਸਿੱਖ ਆਈਡੈਂਟੀ ਦੀ ਗੱਲ ਚੱਲਦੀ ਆ, ਤਾਂ ਹਾਂ ਚਾਹੁੰਦੇ ਹਾਂ ਵੀ ਲੰਡਨ ਵਿੱਚ, ਹਾਂਜੀ, ਆਪਾਂ ਕਿਹਾ ਸੀ ਲੰਡਨ ਵਿੱਚ ਜਗ੍ਹਾ ਚਾਹੁੰਦੇ, ਬਿਕੋਜ਼ ਦੇਖੋ ਜਗ੍ਹਾ ਗ੍ਰੇਵਜ਼ੈਂਡ ਵੀ ਬਣੀ ਆ। ਹਾਂਜੀ, ਬ੍ਰਿਸਟਲ ਵਿੱਚ ਮੈਂ ਸੁਣਦਾ ਸੀ ਪ੍ਰੋਗਰਾਮ, ਮੈਨੂੰ ਪਤਾ ਉਹ ਰਿਮੈਂਬਰੈਂਸ ਗਾਰਡਨ ਬਣਾ ਰਿਹਾ, ਬਹੁਤ ਖੁਸ਼ੀ ਦੀ ਗੱਲ ਆ। ਹਾਂਜੀ, ਲੈਸਟਰ ਵਿੱਚ ਵੀ ਪਰਮਿਸ਼ਨ ਮਿਲ ਗਈ ਉਹਨਾਂ ਨੂੰ ਉੱਥੇ ਵੀ ਬੁੱਤ ਬਣਾਉਣ ਦੀ। ਹਾਂਜੀ, ਪਰ ਜਿਹੜਾ ਲੰਡਨ ਆ, ਹਾਂਜੀ, ਜਿਹੜੇ ਦੁਨੀਆ ਭਰ ਦੇ ਲੋਕ ਇੱਥੇ ਆਉਂਦੇ ਆ, ਹਾਂਜੀ, ਉਹਨਾਂ ਦੀ ਵੀ ਆਪਾਂ ਅਵੇਅਰਨੈਸ ਵਧਾਉਣੀ ਕਿ ਸਿੱਖਾਂ ਨੇ 100 ਸਾਲ ਪਹਿਲਾਂ ਇੱਥੇ ਯੂਰਪ ਵਿੱਚ ਆਣ ਕੇ ਕੁਰਬਾਨੀਆਂ ਦਿੱਤੀਆਂ ਸੀ। ਬਿਲਕੁਲ ਜੀ, ਤਾਂ ਜਦੋਂ ਫਿਰ 2015 ਵਿੱਚ ਇਲੈਕਸ਼ਨ ਆਈ ਹੋਈ, ਹਾਂਜੀ, ਕਿਉਂਕਿ ਸਿੱਖ ਮੈਨੀਫੈਸਟੋ ਇੱਕ ਤਰੀਕਾ ਸੀ ਵੀ ਗੁਰੂ ਘਰ, ਕੋਈ ਜਥੇਬੰਦੀ, ਕੋਈ ਇੰਡੀਵਿਜੁਅਲ, ਜਿਹੜੇ ਵੀ ਕੈਂਡੀਡੇਟ ਆਉਂਦੇ ਸੀ ਵੱਖਰੀਆਂ ਵੱਖਰੀਆਂ ਪਾਰਟੀਆਂ ਨਾਲ, ਉਹਨਾਂ ਨਾਲ ਜੋ ਗੱਲਬਾਤ ਹੁੰਦੀ ਸੀ ਇਸ ਇਸ਼ੂ 'ਤੇ, ਹਾਂਜੀ, ਮੈਨੂੰ ਲੱਗਦਾ ਇੱਕ ਵੀ ਕੋਈ ਕੈਂਡੀਡੇਟ ਨਹੀਂ ਸੀ, ਹਾਂਜੀ, ਜਿਹੜਾ ਹਾਮੀ ਨਹੀਂ ਸੀ। ਬਿਲਕੁਲ ਜੀ, ਬਿਲਕੁਲ, ਕਿਉਂਕਿ ਸਾਰਿਆਂ ਨੂੰ ਪਤਾ ਵੀ ਸਿੱਖਾਂ ਨੇ ਕੁਰਬਾਨੀ ਦਿੱਤੀ ਆ, ਹਾਂਜੀ, ਤਾਂ ਐਡੀ ਵੱਡੀ ਤਾਦਾਦ ਦੇ ਵਿੱਚ ਕੁਰਬਾਨੀਆਂ, ਫਿਰ ਉਹਨਾਂ ਦਾ ਅੱਜ ਤੱਕ ਕੋਈ ਮਤਲਬ, ਉਹ ਕਹਿੰਦੇ ਜਦੋਂ ਕੌਮ ਸੁੱਤੀ ਤਾਂ ਅਸੀਂ ਸਾਨੂੰ ਕੀ ਲੋੜ ਹੈ ਕਰਨ ਦੀ। ਅਤੇ ਇਹਦੇ ਵਿੱਚ ਆਪਾਂ ਪੈਸੇ ਵੀ ਦੀ ਮੰਗ ਨਹੀਂ ਕੀਤੀ, ਹਾਂਜੀ, ਸਿਰਫ ਸਾਈਟ ਚਾਹੀਦੀ ਆ, ਹਾਂਜੀ, ਉਹ ਪੈਸੇ ਆਪੇ ਹੋ ਜਾਣੇ ਆ। ਹਾਂਜੀ, ਤਾਂ ਫਿਰ ਉਹ ਤੋਂ ਬਾਅਦ ਭਾਈ ਜਿਹੜੀ ਓਲ ਪਾਰਟੀ ਸਿੱਖ ਗਰੁੱਪ ਆ, ਕਿਉਂਕਿ ਉਦੋਂ ਆਪਣੇ ਕੋਲ ਸਿੱਖ MP ਹੈ ਨਹੀਂ ਸੀ 2015 'ਚ, ਹਾਂਜੀ, ਉਦੋਂ ਰੌਬ ਮੈਨੇਸਟਰ ਵੁਲਵਰਹੈਂਪਟਨ ਦਾ MP ਸੀ, ਉਹ ਚੇਅਰ ਸੀਗਾ, ਠੀਕ, ਤਾਂ ਉਦੋਂ ਡਿਊਟੀ ਲੱਗੀ ਜੌਨ ਸਪੈਰਰ ਦੀ, ਜਿਹੜਾ ਅੱਜ ਉੱਥੇ ਸਮੈਥ ਦੇ ਗੋਲੀ ਦਾ MP ਆ, ਉਹ ਅੱਗੇ ਮਿਨਿਸਟਰ ਵੀ ਰਹਿ ਹਟਿਆ, ਠੀਕ ਠੀਕ। ਤਾਂ ਉਹ ਅਗਸਤ 2015 ਵਿੱਚ ਇੱਥੇ ਦਾ ਜਿਹੜਾ ਸੈਕਟਰੀ ਆਫ ਸਟੇਟ ਫੋਰ ਡਿਫੈਂਸ, ਕਿਉਂਕਿ ਉਹ ਅੱਗੇ ਆਰਮਡ ਫੋਰਸ ਮਿਨਿਸਟਰ ਆਪ ਰਹਿ ਹਟਿਆ ਸੀ, ਉਹ ਕਹਿੰਦਾ ਵੀ ਇਹਦੇ ਵਿੱਚ ਮਿਨਿਸਟਰੀ ਆਫ ਡਿਫੈਂਸ ਨੂੰ ਖਾਸ ਲੀਡ ਲੈਣੀ ਚਾਹੀਦੀ, ਠੀਕ, ਕਿਉਂਕਿ ਤੁਹਾਨੂੰ ਹਿਸਟਰੀ ਦਾ ਪਤਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਰੌਬ ਮੈਨਿਸ ਨੇ ਉੱਥੇ ਸਵਾਲ ਵੀ ਉਠਾਏ ਪਾਰਲੀਮੈਂਟ ਵਿੱਚ, ਅਤੇ ਸਰਕਾਰ ਨੇ ਲਿਖਤੀ ਰੂਪ ਵਿੱਚ ਕਿਹਾ ਸੀ ਵੀ ਤੁਸੀਂ ਕੋਈ ਇੱਕ ਪ੍ਰਪੋਜ਼ਲ ਲਿਆਓ ਤਾਂ ਅਸੀਂ ਜ਼ਰੂਰ ਕੰਸਿਡਰ ਕਰਾਂਗੇ, ਠੀਕ। ਉਹ ਤੋਂ ਬਾਅਦ ਆਪਾਂ ਜਿੱਦਾਂ ਹੁਣ ਦੀ ਗੱਲ ਕਰਦੇ ਹਾਂ, 2017 ਵਿੱਚ ਅਚਾਨਕ ਚੋਣਾਂ ਹੋ ਗਈਆਂ, ਹਾਂਜੀ, ਦੋ ਆਪਣੇ ਸਿੱਖ MP ਬਣ ਗਿਆ, ਹਾਂਜੀ, ਤਾਂ ਉਹ ਵੀ ਬਹੁਤ ਖੁਸ਼ੀ ਦੀ ਗੱਲ ਸੀ ਵੀ ਜਿਹੜੀ ਓਲ ਪਾਰਟੀ ਸਿੱਖ ਗਰੁੱਪ ਹੁਣ ਬਣੀ, ਹਾਂਜੀ, ਪ੍ਰੀਤ ਭਮਾ ਉਹਦੀ ਚੇਅਰ ਬਣੀ, ਹਾਂਜੀ, ਪਰ ਉਹਦੇ ਵਿੱਚ ਆਪਣੇ ਕੋਲ 7-8 ਵਾਈਸ ਚੇਅਰ ਆ, ਜਿਹਦੇ ਵਿੱਚ ਤਨਮਨਜੀਤ ਸਿੰਘ ਢੇਸੀ ਵੀ ਆ, ਠੀਕ ਹੈ। ਤਾਂ ਉਹਨਾਂ ਨੇ ਪਹਿਲੀ ਮੀਟਿੰਗ ਵਿੱਚ ਉਹਨਾਂ ਕਿਹਾ ਵੀ ਆਪਾਂ ਕੰਮ ਕਿਹੜੇ ਕਰਨੇ, ਜਿੱਦਾਂ ਮਰਦਮਸ਼ੁਮਾਰੀ ਦਾ ਕੰਮ ਹੋ ਗਿਆ, ਮੋਨੂਮੈਂਟ ਦਾ ਕੰਮ ਹੋ ਗਿਆ, ਹਿਊਮਨ ਰਾਈਟਸ ਦਾ ਕੰਮ ਸੀ, ਤਾਂ ਉਹ ਕਹਿੰਦੇ ਆਪਾਂ ਕੰਮ ਵੰਡ ਲਈਏ, ਠੀਕ ਠੀਕ, ਸੋਹਣੀ ਗੱਲ ਹੈ। ਪ੍ਰੀਤ ਨੇ ਰਿਸਪੋਂਸਿਬਿਲਟੀ ਲੈ ਲਈ ਮਰਦਮਸ਼ੁਮਾਰੀ ਦੀ, ਹਾਂਜੀ, ਅਤੇ ਤਨਮਨਜੀਤ ਸਿੰਘ ਢੇਸੀ ਨੇ ਲੈ ਲਈ ਰਿਸਪੋਂਸਿਬਿਲਟੀ ਮੋਨੂਮੈਂਟ ਦੀ, ਬਹੁਤ ਵਧੀਆ ਜੀ। ਤਾਂ ਉਹਦੇ ਵਿੱਚ ਇੱਕ ਚੀਜ਼ ਹੋਰ ਹੋਈ ਸੀ ਭਾਈ ਵੀ ਜਦੋਂ 2015 ਵਿੱਚ ਚੋਣਾਂ ਹੋਈਆਂ, ਹਾਂਜੀ, ਉਹ ਤੋਂ ਬਾਅਦ ਜਿਹੜੀ ਲੰਡਨ ਦੀ ਮੇਅਰ ਦੀ ਚੋਣ ਹੋਣੀ ਸੀ, ਹਾਂਜੀ, ਉਹ ਸੀਗੀ ਮਈ 2016 'ਚ, ਹਾਂਜੀ,
ਤੇ ਜਦੋਂ ਜੂਨ 2015 ਵਿੱਚ ਸਦੀਕ ਖਾਨ ਨੇ ਆਪਣਾ ਮੈਨੀਫੈਸਟੋ ਰੱਖਿਆ, ਉਹ ਤਿੰਨ ਖਾਸ ਇਸ਼ੂਆਂ 'ਤੇ ਸਿੱਖਾਂ ਨੂੰ ਵਾਅਦੇ ਕੀਤੇ ਸੀ। ਹਾਂਜੀ, ਜਿਹਦੇ ਵਿੱਚ ਤੀਸਰਾ ਇਹ ਇਸ਼ੂ ਸੀਗਾ ਵੀ ਮੈਂ ਤੁਹਾਨੂੰ ਸਾਈਟ ਲੰਡਨ ਵਿੱਚ ਲੈ ਕੇ ਦਊਂਗਾ ਮੋਨੀਮੈਂਟ ਲਈ। ਵੈਰੀ ਗੁੱਡ, ਠੀਕ ਹੈ ਜੀ। ਉਹ 2016 ਵਿੱਚ ਮੇ ਵਿੱਚ ਬਣ ਜਾਂਦਾ ਮੇਅਰ। ਬਿਲਕੁਲ, ਤਾਂ ਹੁਣ ਆਪਾਂ ਦੇਖਿਆ ਸੀ ਉਹਨਾਂ ਕੋਲੋਂ ਵੀ ਉਹਦਾ ਐਡਵਾਂਟੇਜ ਲੈਣਾ ਚਾਹੀਦਾ, ਉਹਦਾ ਫਾਇਦਾ ਲੈਣਾ ਚਾਹੀਦਾ ਆ। ਹਾਂਜੀ, ਫਿਰ ਆਪਾਂ ਦੇਖਿਆ ਵੀ ਦਸੰਬਰ ਵਿੱਚ ਉਹ ਦਰਬਾਰ ਸਾਹਿਬ ਗਿਆ। ਹਾਂਜੀ, ਉੱਥੇ ਵੀ ਕਰਕੇ ਆਇਆ ਦਰਬਾਰ ਸਾਹਿਬ ਵਿੱਚ, ਉਹਨ ਇੱਕ ਜਲਿਆਂਵਾਲੇ ਬਾਗ ਦੀ ਗੱਲ ਕੀਤੀ। ਹਾਂਜੀ, ਦੂਸਰਾ ਉਹਨੇ ਕਿਹਾ ਮੈਂ ਜਿਹੜੀ ਕਮਿਟਮੈਂਟ ਸਿੱਖਾਂ ਨਾਲ ਕੀਤੀ ਸੀ ਸਾਈਟ ਦੀ, ਮੈਂ ਉੱਥੇ ਖੜਾ ਹਾਂ। ਹਾਂਜੀ, ਤਾਂ ਮੈਂ ਇੱਥੇ ਆਣ ਕੇ ਇੱਕ ਕਮੇਟੀ ਬਣਾਊਂਗਾ ਠੀਕ ਸਿੱਖਾਂ ਦੀ। ਹਾਂਜੀ, ਜਿਹੜੇ ਉਹ ਜਿਹੜੀ ਸਾਈਟ ਦੀ ਇੱਥੇ ਗੱਲਬਾਤ, ਕਿਉਂਕਿ ਮੇਅਰ ਦੇ ਹੱਥ ਬਹੁਤ ਕੁਛ ਆ। ਹਾਂਜੀ, ਜਿੱਦਾਂ ਹੁਣ ਕਹਿ ਲਓ ਪਾਰਲੀਮੈਂਟ ਸਕੁਆਇਰ ਉਹਦੇ ਕੰਟਰੋਲ ਥੱਲੇ ਆਉਂਦਾ, ਫਲਗਰ ਸਕੁਆਇਰ ਉਹਦੇ ਕੰਟਰੋਲ ਥੱਲੇ ਆਉਂਦਾ। ਇਹ ਹੈਗੀਆਂ ਮਸ਼ਹੂਰ ਸਾਈਟਾਂ ਜਿੱਥੇ ਕੋਈ ਚੀਜ਼ ਬਣ ਸਕਦੀ ਆ। ਹਾਂਜੀ, ਤਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਤਨਮਨਜੀਤ ਸਿੰਘ ਢੇਸੀ ਨੇ ਕਾਫ਼ੀ ਬਿਹਾਈਂਡ ਦ ਸੀਨਸ ਕੰਮ ਕਰਕੇ ਉਹ ਬਹੁਤ ਪੋਲੀਟੀਸ਼ੀਅਨ ਤਿਆਰ ਕਰ ਲਿਆ। ਹਾਂਜੀ, ਵੀ ਇੱਕ ਅਰਲੀ ਡੇ ਮੋਸ਼ਨ ਰੱਖਣਾ, ਉਹ ਹੁੰਦਾ ਇੱਕ ਕਿਸਮ ਦਾ ਪਟੀਸ਼ਨ ਹੁੰਦੀ ਆ ਠੀਕ। ਤਾਂ ਜਿਹੜੇ ਅੱਜ ਤੱਕ ਇਸ ਪਾਰਲੀਮੈਂਟ 736 EDM ਹੋਏ। ਹਾਂਜੀ, ਪਰ ਇਹ ਪਹਿਲਾ EDM ਆ ਜਿਹਨਾਂ 'ਤੇ 200 ਤੋਂ ਉੱਪਰ MPਆਂ ਨੇ ਸਾਈਨ ਕੀਤੇ, ਤਾਂ ਤਕਰੀਬਨ 250 ਹੋ ਗਿਆ ਠੀਕ। ਤਾਂ ਉਹ ਤੋਂ ਬਾਅਦ 6 ਆ ਜਿਹੜੇ 100 ਤੋਂ ਉੱਪਰ ਆ। ਹਾਂਜੀ, ਪਰ 95% ਹੈਗੇ ਜਿਹਨੇ 50 ਤੋਂ ਥੱਲੇ। ਇਹਦਾ ਮੈਂ ਨਾ ਵੀ ਬਹੁਤ ਘੱਟ EDM ਹੁੰਦੇ ਜਿਹੜੇ ਇੰਨੀ ਵੱਡੀ ਗਿਣਤੀ 'ਚ। ਹਾਂਜੀ, ਵੱਖਰੇ ਵੱਖਰੇ ਪਾਰਟੀਆਂ ਤੋਂ ਠੀਕ, ਤਾਂ ਖਾਸ ਤੌਰ 'ਤੇ ਲੇਬਰ ਪਾਰਟੀ, ਕਿਉਂਕਿ ਤਨਮਨਜੀਤ ਸਿੰਘ ਪ੍ਰੀਤ ਉਹਨੇ ਲੇਬਰ ਪਾਰਟੀ ਦੇ ਮੈਂਬਰ ਆ। ਹਾਂਜੀ, ਤਾਂ ਉਹਨਾਂ ਨਾਲ ਆਪਣੇ ਲੀਡਰ ਨੂੰ, ਡੈਪਟੀ ਲੀਡਰ ਨੂੰ, ਜਿੰਨੇ ਵੀ ਸੀਨੀਅਰ ਸੀ ਉਹਨਾਂ ਸਾਰਿਆਂ ਨੇ ਦਸਖਤ ਕੀਤੇ। ਹਾਂਜੀ, ਪਰ ਉਹਦੇ ਵਿੱਚ ਕੰਜ਼ਰਵੇਟਿਵ MP ਵੀ ਬਹੁਤ ਆ ਠੀਕ, ਤਾਂ ਤਕਰੀਬਨ ਸਕੋਟਿਸ਼ ਨੈਸ਼ਨਲ ਪਾਰਟੀ ਦਾ ਲੀਡਰ, ਗ੍ਰੀਨ ਪਾਰਟੀ ਦਾ ਲੀਡਰ, ਵੈਸਟਮਿੰਸਟਰ ਦਾ ਲੀਡਰ, ਦੂਸਰੇ ਪਾਰਟੀਆਂ, ਉਹਨਾਂ ਸਾਰਿਆਂ ਨੇ ਸਾਈਨ ਕੀਤੇ। ਹਾਂਜੀ, ਹੁਣ ਆਪਾਂ ਚਾਹੁੰਦੇ ਹਾਂ ਵੀ ਉਹ ਜਿਹੜਾ ਪ੍ਰੈਕਟੀਕਲ ਕੰਮ ਹੋ ਗਿਆ। ਹਾਂਜੀ, ਜਿੱਥੇ ਮੇਅਰ ਨੇ ਵਾਅਦਾ ਕੀਤਾ, ਹਾਂਜੀ, ਜਿੱਥੇ ਸਰਕਾਰ ਨੇ ਕਿਹਾ ਸਾਨੂੰ ਪ੍ਰਪੋਜ਼ਲ ਦਿਓ, ਹਾਂਜੀ, ਵੀ ਆਪਾਂ ਚਾਹੁੰਦੇ ਹਾਂ ਵੀ 11 November 2018 ਤੋਂ ਉਹ 'ਚ ਆਪਾਂ ਨੂੰ ਸਾਈਟ ਮਿਲ ਜਾਵੇ ਠੀਕ, ਵੀ ਇਸ ਜਗ੍ਹਾ 'ਤੇ ਬਣਾਉਣਾ। ਹਾਂਜੀ, ਜਦੋਂ ਸਾਈਟ ਮਿਲ ਗਈ ਉਹਦੇ ਪਲਾਨ ਬਣ ਸਕਦੇ ਆ, ਪੈਸੇ ਇਕੱਠੇ ਕਰਨੇ, ਉਹ ਸਾਰਾ ਕੁਛ ਹੋ ਜਾਣਾ। ਹਾਂਜੀ, ਪਰ ਇਹ ਇੱਕ ਸਮਝੋ ਆਪਣਾ ਸਾਂਝਾ ਟਾਰਗੇਟ ਆ ਠੀਕ, ਜਿਹਦੇ ਵਿੱਚ ਤਨਮਨਜੀਤ ਸਿੰਘ ਨੂੰ ਇਹ ਰਿਸਪੋਂਸਿਬਿਲਿਟੀ ਦਿੱਤੀ ਆ ਵੀ ਤੁਸੀਂ ਲੀਡ ਲੈਣਾ, ਜਿੱਦਾਂ ਪ੍ਰੀਤ ਮਰਦਮਸ਼ੁਮਾਰੀ ਵਿੱਚ ਉਹ ਵੀ ਇਸ ਸਾਲ ਆਪਾਂ ਨੂੰ ਪਤਾ ਲੱਗ ਜਾਣਾ ਠੀਕ ਵੀ ਆਪਾਂ ਉਹਦੇ ਵਿੱਚ ਕਾਮਯਾਬ ਹੋ ਗਏ ਕਿ ਨਹੀਂ ਹੋਏ, ਤਾਂ ਉਹ ਵੀ ਬਹੁਤ ਨੇੜੇ ਗੱਲ ਗਈ ਆ ਠੀਕ ਹੈ ਜੀ। ਸੋ ਇਹ ਸਾਨੂੰ ਸਰਦਾਰ ਦਵਿੰਦਰ ਜੀ ਨੇ ਬੜੇ ਵਿਸਥਾਰ ਦੇ ਨਾਲ ਸਾਹ ਸੰਗਤ ਜੀ ਤੁਹਾਨੂੰ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸਰਕਾਰ ਇਹ ਚਾਹੁੰਦੀ ਸੀ, ਬੜੇ ਚਿਰਾਂ ਤੋਂ ਚਾਹੁੰਦੀ ਸੀ ਕਿ ਸਿੱਖ ਜੋ ਮੋਨੂਮੈਂਟਸ ਆ ਉਹ ਇੱਥੇ ਬਣਾਇਆ ਜਾਵੇ, ਪਰ ਸਰਕਾਰਾਂ ਵੀ ਤਦ ਹੀ ਕੰਮ ਕਰਦੀਆਂ ਨੇ ਜੇ ਪਿੱਛੋਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਅਤੇ ਪਿੱਛੋਂ ਕੌਮ ਜਾਗਦੀ ਹੋਵੇ, ਤਦ ਹੀ ਸਰਕਾਰਾਂ ਵੀ ਕੰਮ ਕਰਦੀਆਂ ਨੇ। ਸਰਕਾਰ ਤਾਂ ਚਾਹੁੰਦੀ ਸੀ ਕਿ ਅਸੀਂ ਇਹਨਾਂ ਨੂੰ ਬਣਾ ਕੇ ਦੇਵਾਂਗੇ, ਸਰਕਾਰ ਚਾਹੁੰਦੀ ਸੀ। ਫਿਰ ਜਿਸ ਤਰ੍ਹਾਂ ਸਦੀਕ ਖਾਨ ਨੇ ਵੀ ਉਹਨੂੰ ਤਾਇਦ ਕੀਤਾ ਕਿ ਮੈਂ ਸਿੱਖਾਂ ਦਾ ਇਹ ਜੋ ਐਡੀ ਵੱਡੀ ਕੁਰਬਾਨੀ ਇਹਨਾਂ ਨੇ ਕੀਤੀ ਆ ਬ੍ਰਿਟਿਸ਼ ਇੰਪਾਇਰ ਵਾਸਤੇ, ਉਹਨਾਂ ਦਾ ਢੁਕਵਾਂ ਸਥਾਨ ਇੱਥੇ ਉਹਨਾਂ ਦਾ ਬਣਨਾ ਚਾਹੀਦਾ ਆ, ਉਹ ਬਣਾ ਕੇ ਦੇਵਾਂਗੇ। ਉਹਨੇ ਆਪਣੇ ਉੱਥੋਂ ਪੂਰੀ ਕੋਸ਼ਿਸ਼ ਕੀਤੀ, ਸਾਨੂੰ ਉਹਨਾਂ ਗੱਲਾਂ ਦਾ ਸਾਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਕੌਮ ਨੂੰ। ਜਿਸ ਤਰ੍ਹਾਂ ਸਾਡੇ 2 MP ਦਿਨ ਰਾਤ ਇੱਕ ਕਰਕੇ ਇਹਨਾਂ ਕੰਮਾਂ ਵੱਲ ਧਿਆਨ ਦੇ ਰਹੇ ਨੇ, ਫੈਡਰੇਸ਼ਨ ਪੂਰਾ ਉਹਨਾਂ ਨੂੰ ਸਹਿਯੋਗ ਦੇ ਰਹੀ ਆ, ਹੋਰ ਜਥੇਬੰਦੀਆਂ ਵੀ ਅੱਗੇ ਆਉਣ, ਸਾਰੀਆਂ ਜਥੇਬੰਦੀਆਂ ਨੂੰ ਮੈਂ ਖੁਦ ਆਪਣੇ ਲੈਵਲ 'ਤੇ ਆਪਣੇ ਸਾਰੀਆਂ ਜਥੇਬੰਦੀਆਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਭੇਦ ਭੁਲਾ ਕੇ ਇਹ ਕੌਮੀ ਕਾਰਜ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ, ਤਾਂ ਕਿ ਇਹ ਕੌਮ ਦਾ ਜੋ ਐਡਾ ਵੱਡਾ ਕਾਰਜ ਸੀਗਾ ਅੱਜ ਤੱਕ ਜੋ ਨੇਪਰੇ ਨਹੀਂ ਚੜ੍ਹ ਸਕਿਆ, ਆਓ ਆਪਾਂ ਸਾਰੇ ਰਲ ਕੇ ਇਹੋ ਜਿਹਾ ਜੋ ਕੌਮੀ ਕੰਮ ਆ ਉਹਨੂੰ ਆਪਾਂ ਸਿਰੇ ਚੜ੍ਹਾਈਏ, ਅਤੇ ਸਾਰੇ ਆਪਾਂ ਆਪਣਾ ਯੋਗਦਾਨ ਪਾਈਏ, ਤਾਂ ਕਿ ਇਹੋ ਜਿਹੇ ਸਥਾਨ ਦੇ ਉੱਤੇ ਸਿੱਖ ਮੋਨੂਮੈਂਟਸ ਬਣ ਜਾਵੇ ਜਿੱਥੇ ਦੁਨੀਆ ਭਰ ਦੇ ਜਿੱਥੇ ਵਿਜ਼ਟਰ ਆਉਂਦੇ ਹੋਣ, ਉੱਥੇ ਸਿੱਖਾਂ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਹੋਵੇ। ਸਾਨੂੰ ਇਹ ਨਾ ਹੋਵੇ ਕਿ ਜੇ ਇੱਥੇ ਸਾਨੂੰ ਪੱਗ ਦੀ ਕੋਈ ਪ੍ਰੋਬਲਮ ਨਹੀਂ, ਪਰ ਫਰਾਂਸ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਪੱਗ ਕਿਉਂ ਬੰਨਦੇ ਜੇ, ਜਾਂ ਹੋਰਨਾਂ ਕੰਟਰੀਆਂ ਵਿੱਚ ਸਾਡੇ ਧਾਰਮਿਕ ਚਿੰਨ੍ਹਾਂ 'ਤੇ ਜਿਹੜੇ ਸਾਡੇ ਉਹਨਾਂ 'ਤੇ ਪਾਬੰਦੀ ਲੱਗੀ ਰਹੇ, ਜਦ ਤੱਕ ਉਹ ਸਾਨੂੰ ਜਾਣਨਗੇ ਨਹੀਂ, ਜਦ ਤੱਕ ਉਹਨਾਂ ਨੂੰ ਪਤਾ ਨਹੀਂ ਹੋਊਗਾ ਵੀ ਇਹ ਕੌਮ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਇਹ ਕੌਮ ਇੱਥੇ ਤੱਕ ਪਹੁੰਚੀ ਆ। ਆਪੇ ਉਹ ਸਾਡੇ 'ਤੇ ਇਹੋ ਜਿਹੇ ਕੁਐਸਚਨ ਨਹੀਂ ਦਾਇਰ ਕਰਨਗੇ,
ਸੋ ਆਓ ਆਪਾਂ ਸਾਰੇ ਰਲ ਕੇ ਇਸ ਕੌਮੀ ਕਾਰਜ ਦੇ ਵਿੱਚ ਸਾਰੇ ਹੀ ਵੱਧ ਚੜ੍ਹ ਕੇ ਹਿੱਸਾ ਪਾਈਏ, ਸਾਰੇ ਵੱਧ ਚੜ੍ਹ ਕੇ ਆਪੋ ਆਪਣੇ ਥਾਂ ਦੇ ਜਿੰਨੇ ਜੋਗੇ ਵੀ ਆਪਾਂ ਹੈਗੇ ਹਾਂ ਸਾਰੇ ਆਪੋ ਆਪਣਾ ਯੋਗਦਾਨ ਪਾਈਏ। ਸੋ ਜਿਹੜੇ ਜੀ ਤੁਸੀਂ ਹੋਰ ਇਹਦੇ ਬਾਰੇ ਵਿੱਚ ਜੋ ਸੁਨੇਹਾ ਦੇਣਾ ਚਾਹੁੰਦੇ ਜੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਭਾਈ ਤਕਰੀਬਨ ਇਹੀ ਹੈ ਵੀ ਹੁਣ ਆਪਾਂ 2018 ਵਿੱਚ ਤੁਹਾਨੂੰ ਵੀ ਪੋਲੀਟਿਕਸ ਵਿੱਚ ਵੀ ਬਹੁਤ ਕੁਛ ਹੋ ਰਿਹਾ, ਹਾਂਜੀ, ਪਰ ਆਪਾਂ ਨੂੰ ਤਾਂ ਜਿਹੜੇ ਆਪਣੇ ਸਿੱਖ ਮਸਲਿਆਂ 'ਤੇ ਪਹਿਲ ਦੇਣੀ ਪੈਣੀ, ਹਾਂਜੀ, ਤਾਂ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਬਹੁਤ ਖੁਸ਼ੀ ਦੀ ਗੱਲ ਆ ਵੀ ਜਿਹੜੇ ਆਪਣੇ ਦੋ ਸਿੱਖ ਐਮ ਪੀ ਆ ਉਹ ਜਦੋਂ ਦੇ ਬਣੇ ਆ 6-7 ਮਹੀਨੇ ਹੋਏ, ਛੁੱਟੀਆਂ ਵੀ ਹਾਟੀਆਂ ਵਿੱਚ, ਠੀਕ, ਪਰ ਉਹਨਾਂ ਜਿੰਨਾ ਕੰਮ ਕੀਤਾ ਮੈਨੂੰ ਲੱਗਦਾ ਇਹ 5-10 ਸਾਲਾਂ ਵਿੱਚ ਨਹੀਂ ਹੋਇਆ ਸੀ। ਭਾਵੇਂ ਜਿਹੜੇ ਐਮ ਪੀ ਅੱਗੇ ਸੀਗੇ ਸਿੱਖ ਵੀ ਰਹੇ ਆ, ਨੋਨ ਸਿੱਖ ਵੀ ਰਹੇ ਆ, ਉਹ ਕਮਿਟਡ ਵੀ ਸੀ, ਪਰ ਇਹ ਤਾਂ ਇੱਕ ਕਿਸਮ ਦੇ ਆਪਣੇ ਬੱਚੇ ਆ, ਠੀਕ ਹੈ ਜੀ, ਤਾਂ ਉਹ ਆਪਣੀ ਰਿਸਪੋਂਸੀਬਿਲਟੀ ਨੂੰ ਸਮਝਦੇ, ਜਿੱਥੇ ਉਹਨਾਂ ਨੇ ਆਪਣੇ ਕੰਸਟੀਟੂਐਂਟਸ ਦਾ ਕੰਮ ਕਰਨਾ, ਨਾਲ ਨਾਲ ਉਹਨਾਂ ਨੂੰ ਪਤਾ ਵੀ ਜਿਹੜੇ ਸਿੱਖ ਮਸਲੇ ਆਉਂਦੇ ਰਹਿਣੇ ਆ, ਤਾਂ ਇਹ ਬਹੁਤ ਵੱਡੀ ਚੀਜ਼ ਆ ਵੀ ਮਰਦਮਸ਼ੁਮਾਰੀ ਦਾ ਆਪਣਾ ਵੱਖਰਾ ਖਾਨਾ ਬਣ ਜਾਓ, ਬਿਲਕੁਲ ਜੀ, ਬਹੁਤ ਵਧੀਆ ਮੋਨੂਮੈਂਟ ਬਣ ਜਾਓ, ਇਹ ਦੇਖੋ ਕਿੰਨੀ ਆਪਣੀ ਹਿਸਟਰੀ ਬਣ ਜਾਣੀ, ਉਹਨਾਂ ਦਾ ਨਾਂ ਵੀ ਬਣ ਜਾਣਾ ਇਸ ਚੀਜ਼ ਵਿੱਚ। ਹਾਂਜੀ, ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਦੋ ਐਮ ਪੀਆਂ ਦੇ ਉੱਤੇ ਜੋ ਸਾਡੇ ਸਾਨੂੰ ਲਕੀਰੀ ਦੋ ਹੀ ਮਿਲ ਸਕੇ ਨੇ, ਚਲੋ ਤੀਸਰਾ ਬਹੁਤ ਥੋੜ੍ਹੀਆਂ ਵੋਟਾਂ ਦੇ ਉੱਤੇ ਜੋ ਬੈਡਫੋਰਡ ਤੋਂ ਜ਼ਰਾ ਰਹਿ ਗਿਆ, ਟੈਲਫੋਰਡ ਤੋਂ ਉਹਦੇ ਵਾਸਤੇ ਬਹੁਤ ਅਫਸੋਸ ਆ। ਉਹਦੇ ਵਾਸਤੇ ਸਰ ਭਾਈ ਬੂਟਾ ਸਿੰਘ ਜੀ ਹੋਣਾ ਨੇ ਅਤੇ ਰਣਧੀਰ ਸਿੰਘ ਹੋਣਾ ਨੇ ਬੜੀ ਕੋਸ਼ਿਸ਼ ਕੀਤੀ ਜਾ ਕੇ ਵੀ, ਪਰ ਕਿਸਮਤ ਦੇ ਸਾਥ ਨਹੀਂ ਦਿੱਤਾ ਅਤੇ ਉਹ ਥੋੜ੍ਹੀਆਂ ਵੋਟਾਂ ਦੇ ਉਹ ਰਹਿ ਗਿਆ। ਸੋ ਆਪਾਂ ਆਉਂਦੀ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿੱਥੇ ਵੀ ਐਮ ਪੀ ਵਾਸਤੇ ਇਲੈਕਸ਼ਨਾਂ ਹੁੰਦੀਆਂ ਨੇ ਜਾਂ ਦੂਸਰੀਆਂ ਚੋਣਾਂ ਹੁੰਦੀਆਂ ਨੇ, ਆਪਾਂ ਵੱਧ ਤੋਂ ਵੱਧ ਸਿੱਖ ਐਮ ਪੀ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹਨਾਂ ਦਾ ਇਹ ਸਿੱਖ ਕੌਮ ਦੇ ਜੋ ਮਸਲੇ ਨੇ ਉਹਨਾਂ ਦਾ ਭਾਰ ਵੰਡਿਆ ਜਾਵੇ। ਘੱਟੋ ਘੱਟ ਸਾਨੂੰ ਦੋ ਐਮ ਪੀ ਨਹੀਂ, ਘੱਟੋ ਘੱਟ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ 15-20 ਐਮ ਪੀ ਜਿਹੜੇ ਸਿੱਖ ਚਿਹਰਿਆਂ ਵਾਲੇ ਜਾਣੇ ਚਾਹੀਦੇ ਆ, ਤਾਂ ਕਿ ਸਿੱਖ ਕੌਮ ਦੇ ਉਹ ਕੰਮ ਵੱਧ ਤੋਂ ਵੱਧ ਤਰੀਕੇ ਦੇ ਨਾਲ ਕਰ ਸਕਣ। ਆਓ ਸਾਰੇ ਰਲ ਕੇ ਇੱਧਰਲੇ ਬੰਨੇ ਹੰਬਲਾ ਮਾਰੀਏ, ਇੱਧਰਲੇ ਬੰਨੇ ਸੋਚੀਏ, ਆਪਣੇ ਜੋ ਯੰਗਸਟਰ ਨੇ ਉਹਨਾਂ ਨੂੰ ਪੋਲੀਟਿਸ਼ਨ ਵੱਲ ਤੋਰੀਏ ਤਾਂ ਕਿ ਇਹਦੇ ਵਿੱਚ ਹੋਰ ਸਹੀ ਪਾਸੇ ਨੂੰ ਜਿਹੜੀ ਸਿੱਖ ਕੌਮ ਉਹ ਤਰੱਕੀ ਕਰ ਸਕੇ। ਦੂਸਰਾ ਭਾਈ ਸਾਹਿਬ, ਆਪਾਂ ਜਿਸ ਤਰ੍ਹਾਂ ਭਾਈ ਕੇਰ ਸਿੰਘ ਅਤੇ ਭਾਈ ਸਤਵੰਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਆ, ਉਹਦੇ ਬਾਰੇ ਵਿੱਚ ਥੋੜ੍ਹਾ ਸੰਗਤ ਨੂੰ ਚਾਨਣਾ ਪਾਓ। ਭਾਈ ਜਦੋਂ ਵੀ ਆਪਣੇ ਟੈਲੀਵਿਜ਼ਨ ਸਟੇਸ਼ਨ ਆਏ ਆ, ਹਾਂਜੀ, ਇਹ ਇੱਕ ਬਹੁਤ ਖੁਸ਼ੀ ਦੀ ਗੱਲ ਆ ਵੀ ਆਪਾਂ ਸਿਰਫ ਗੁਰੂ ਘਰਾਂ ਤੱਕ ਸੀਮਿਤ ਨਹੀਂ ਕਿ ਜਦੋਂ ਆਪਾਂ ਆਪਣੀ ਹਿਸਟਰੀ ਬਾਰੇ ਗੱਲ ਕਰ ਸਕਦੇ। ਹਾਂਜੀ, ਤਾਂ ਕੱਲ੍ਹ ਨੂੰ 6 ਜਨਵਰੀ ਨੂੰ 29 ਸਾਲ ਹੋ ਜਾਣੇ ਜਦੋਂ ਉਹ ਦੋ ਸਿੰਘਾਂ ਨੂੰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਸੀ। ਜੇ ਹੁਣ ਆਪਾਂ ਸੋਚੀਏ 29 ਸਾਲ ਬਹੁਤ ਹੁੰਦੇ, ਹਾਂਜੀ ਹਾਂਜੀ, ਪਰ ਅੱਜ ਵੀ ਉਹਨਾਂ ਦਾ ਨਾਂ ਲੈ ਜਾਂਦਾ ਮੀਡੀਆ ਵਿੱਚ, ਲੈ ਜਾਂਦਾ ਗੁਰੂ ਘਰਾਂ ਵਿੱਚ, ਲੈ ਜਾਂਦਾ ਉਹਨਾਂ ਦੇ ਅਖੰਡ ਪਾਠ ਰੱਖੇ ਜਾਂਦੇ। ਹਾਂਜੀ, ਤਾਂ ਜੇ ਆਪਾਂ ਉਸ ਸਮੇਂ ਦੀਆਂ ਖਬਰਾਂ ਅੱਜ ਕੱਢੀਏ, ਹਾਂਜੀ, ਉਦੋਂ ਖਬਰਾਂ ਇਹ ਲੱਗਣੀਆਂ ਸੀ ਵੀ ਸਾਰਿਆਂ ਨੂੰ ਪਤਾ ਸੀ ਵੀ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ, ਉਹਨਾਂ ਗੋਲੀ ਚਲਾਈ, ਕੋਈ ਇਹਦੇ ਵਿੱਚ ਦੋ ਰਾਇਆ ਨਹੀਂ। ਹਾਂਜੀ ਹਾਂਜੀ, ਸ਼ਹੀਦ ਬੇਅੰਤ ਸਿੰਘ ਨੂੰ ਉੱਥੇ ਸ਼ਹੀਦ ਕੀਤਾ ਗਿਆ ਉਸੇ ਦਾ ਨਹੀਂ। ਹਾਂਜੀ, ਅਤੇ ਸਤਵੰਤ ਸਿੰਘ ਦੇ ਗੋਲੀ ਲੱਗੀ ਸੀ ਜਿਹੜੀ ਗੋਲੀ ਉਹਨ ਆਪ ਹੱਥਾਂ ਨਾਲ ਕੱਢੀ ਸੀ। ਹਾਂਜੀ, ਤਾਂ ਕੇਰ ਸਿੰਘ ਬੇਅੰਤ ਸਿੰਘ ਦੇ ਫੁੱਫੜ ਸੀਗੇ। ਹਾਂਜੀ, ਪਰ ਜਦੋਂ ਉਹਨਾਂ ਦਾ ਕੇਸ ਚੱਲਿਆ, ਹਾਂਜੀ, ਉਦੋਂ ਜਿਹੜੇ ਉੱਥੇ ਜਰਨਲਿਸਟ ਸੀਗੇ, ਉੱਥੇ ਦੇ ਲੋਕ ਸੀ, ਇਹ ਕਹਿੰਦੇ ਵੀ ਇਹ ਬਹੁਤ ਗਲਤ ਆ ਕਿ ਰਿਸ਼ਤੇਦਾਰਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ। ਕੇਰ ਸਿੰਘ ਨੂੰ ਜਿਹਨ ਗੋਲੀ ਤਾਂ ਚਲਾਈ ਨਹੀਂ, ਹਾਂਜੀ, ਪਰ ਉਹਨੂੰ ਫਾਂਸੀ ਦੀ ਸਜ਼ਾ ਹੋ ਰਹੀ। ਤਾਂ ਉਸ ਟਾਈਮ ਦੀਆਂ ਬਹੁਤ ਖਬਰਾਂ ਸੀ, ਪੇਪਰਾਂ ਵਿੱਚੋਂ ਕੱਢ ਲਓ, ਇੰਡੀਆ ਦੇ ਪੇਪਰਾਂ 'ਚ ਉਹਨਾਂ ਕਿਹਾ ਸੀ ਵੀ ਇਹ ਬਹੁਤ ਇੱਕ ਕਾਲਾ ਦਿਨ ਆ ਇੰਡੀਆ ਲਈ। ਬਿਲਕੁਲ ਜੀ, ਕਿਉਂਕਿ ਜੇ ਆਪਾਂ ਦੂਸਰੇ ਪਾਸੇ ਵੀ ਦੇਖੀਏ, ਹਾਂਜੀ, 31 ਅਕਤੂਬਰ 1984 ਉਹ ਗੋਲੀ ਚਲਾਉਂਦੇ, ਹਾਂਜੀ, ਤਾਂ 5 ਜਨਵਰੀ 1989 ਤੱਕ ਬਹੁਤ ਛੋਟਾ ਸਮਾਂ ਆ ਜੇ ਆਪਾਂ ਸੋਚੀ ਜਾਵੇ ਇੰਡੀਅਨ ਦੇ ਜੁਡੀਸ਼ਲ ਸਿਸਟਮ ਲਈ, ਵੀ ਉਹਨਾਂ ਦਾ ਕੇਸ ਚਲਾ ਕੇ ਉਹਨਾਂ ਨੂੰ ਫਾਂਸੀ ਵੀ ਦੇ ਦਿੱਤੀ। ਹਾਂਜੀ, ਅੱਜ ਤਾਂ ਸਿੰਘ ਇੰਨੇ ਸਾਲ, 10 ਸਾਲ, 15 ਸਾਲ, 20 ਸਾਲ ਉੱਦਾਂ ਹੀ ਜੇਲ੍ਹਾਂ 'ਚ ਪਏ ਆ।
ਅੱਛਾ ਕਾਲ ਲੈ ਲਈਏ। ਹਾਂਜੀ ਵਾਹਿਗੁਰੂ ਜੀ, ਕੌਣ ਸਾਹਿਬ ਦੇ, ਕਿੱਥੋਂ ਬੋਲ ਰਹੇ ਜੀ? ਹਾਂਜੀ ਮਹਾਰਾਜ, ਮੈਂ ਅਹਿਮਦ ਬੋਲ ਰਿਹਾ ਜਰਮਨੀ ਤੋਂ। ਬਹੁਤ ਬਹੁਤ ਸਲਾਮ ਪੇਸ਼ ਕਰਨਾ ਤੁਹਾਨੂੰ ਦੋ ਭਾਈਆਂ ਨੂੰ। ਅਹਿਮਦ ਜੀ ਆਪਣੇ ਵਿਚਾਰ ਦਿਓ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆਪਣਾ ਇਸ ਵਾਸਤੇ ਪੇਸ਼ ਕਰਨਾ ਆਪਣੇ ਵਿਚਾਰ ਜਿਹੜੇ ਕਿ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਹੋ ਗੁਜ਼ਰੇ ਨੇ, ਬਾਦਲ ਸਾਹਿਬ ਦਾ ਬੇਟਾ ਜਾਂ ਉਹਨਾਂ 10 ਸਾਲ ਕੱਢੇ ਨੇ, ਹਾਂਜੀ, ਉਹਨਾਂ ਨਸ਼ਿਆਂ ਤੇ ਲਾ ਕੇ ਤੇ ਆਪਣੇ 5-star ਹੋਟਲ ਤੇ ਆਪਣੇ ਬਿਜ਼ਨਸ, ਕਿਆ ਇਹ ਲੋਕ ਆਪਣੀਆਂ ਸੀਟਾਂ ਵਾਸਤੇ ਆਪਣਾ ਪੈਸਾ ਆਪਣੇ ਬੈਂਕ ਬੈਲੈਂਸ ਬਣਾਉਣ ਆਉਂਦੇ ਨੇ? ਜਾਂ ਹੁਣ ਮੇਜਰ ਸਾਹਿਬ ਜਦੋਂ ਆਏ ਨੇ, ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਮੈਂ ਕਰਜ਼ੇ ਮਾਫ ਕਰਾਂਗਾ, ਹਾਂਜੀ, ਤੇ ਉਹ ਤੇ ਮੈਨੂੰ ਲੱਗਦਾ ਪਿਆ ਕਿ ਉਹ ਸਾਰੀਆਂ ਗੱਲਾਂ ਹੀ ਸਨ। ਉਹ ਤੇ ਲੋਕ ਫਾਂਸੀਆਂ ਲੈਂਦੇ ਜਾਂ ਕਿਸਾਨਾਂ ਦੇ, ਤੇ ਉਹ ਜਿਹੜੀਆਂ ਬਿਜਲੀ ਸਸਤੀ ਹੋਏਗੀ ਉਹ ਕੋਈ ਨੀ। ਔਰ 84 ਦੇ ਦੰਗੇ ਜਿਹੜੇ ਨੇ, ਮੈਂ 84 ਸਾਊਦੀ ਅਰਬ ਸਾਂ ਤੇ ਬਹਾਦਰ ਸਿੰਘ ਹੋਣੀ ਮੇਰੇ ਬੜੇ ਦੋਸਤ ਮੁੰਡੇ ਸਨ, ਤੇ ਰੋਂਦੇ ਸਨ ਕਿ ਜੋ ਇਹਨਾਂ ਨੇ ਜ਼ੁਲਮ ਕੀਤਾ, ਕਿ ਕਿਆ ਇਹ ਚੀਜ਼ ਇਹਨਾਂ ਨੂੰ ਜ਼ੇਬ ਦਿੰਦੀ। ਮੁੜ ਕੇ ਸੀਟਾਂ ਲੈਣ ਲੱਗਿਆ ਕਿਆ ਇਹ ਪਹਿਲਾਂ ਉਹਨਾਂ ਨਾਲ ਪਹਿਲਾਂ ਗੱਲ ਨੀ ਕਰਦੇ ਕਿ ਜਿਹੜਾ ਤੁਸੀਂ ਸਾਰੇ ਭੈਣਾਂ ਭਰਾਵਾਂ ਨੂੰ ਮਾਰਿਆ, ਕਤਲ ਕੀਤਾ, ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ, ਉਹਨਾਂ ਦਾ ਘਰ ਨੂੰ ਅੱਗਾਂ ਲਾਈਆਂ, ਘਰਾਂ ਨੂੰ ਉਹਨਾਂ ਨੂੰ ਮਾਰਤਾ, ਤੇ ਉਹਦਾ ਕੋਈ ਇਨਸਾਫ ਇਹਨਾਂ ਨੇ ਲੈ ਕੇ ਦਿੱਤਾ? ਜਿਹੜੇ ਵੀ ਉਹ ਜਿਹੜੇ ਪਹਿਲੇ ਗਏ ਨੇ ਤੇ ਜਾਂ ਜਿਹੜੇ ਮੇਜਰ ਸਾਹਿਬ ਹੁਣ ਆਏ ਨੇ, ਇਸ ਮੌਜੂ ਤੇ ਵੀ ਕੋਈ ਗੱਲ ਕਰ ਰਹੇ ਨੇ? ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਇਸ ਬਾਰੇ ਚ ਪਾਕਿਸਤਾਨੀ ਪੋਲੀਟੀਸ਼ੀਅਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਜੇ, ਤੇ ਇਹੋ ਜਿਹੇ ਕੰਮ ਉਹ ਨਹੀਂ ਕਰਕੇ ਰਾਜੀ ਜਿਹੜੇ ਕੌਮ ਦੇ ਜਾਂ ਫਿਰ ਇਹ ਵੋਟਾਂ ਜਿਹੜੇ ਦੇਣ ਵਾਲੇ, ਇਹਦਾ ਮਤਲਬ ਉਹ ਹੀ ਧੋਖੇ ਚ ਪਾਇਆ ਹੋਇਆ ਉਹਨਾਂ ਨੂੰ, ਜਾਂ ਕੋਈ ਲਾਲਚ ਉਹਨਾਂ ਨੂੰ ਹੁੰਦਾ ਪੈਸੇ ਲੈ ਕੇ ਵੋਟ ਦਿੰਦੇ ਨੇ, ਜਾਂ ਕਿਸ ਤਰ੍ਹਾਂ ਦਿੰਦੇ ਨੇ? ਪਹਿਲਾਂ ਤੇ ਸੋਚਣਾ ਚਾਹੀਦਾ, ਆਪਣੇ ਹੱਥ ਬੰਨ ਕੇ ਤੁਸੀਂ ਆਪ ਹੀ ਦੇ ਦਿੰਦੇ 5 ਸਾਲਾਂ ਵਾਸਤੇ, ਕਿ ਸੋਚ ਕੇ ਚਾਹੀਦਾ ਫਿਰ ਵੋਟ ਦੇਣਾ ਵੀ ਇਹ ਬੰਦਾ ਸਾਡੇ ਹੱਕ ਚ ਕੋਈ ਆਇਆ ਵੀ ਹੈ। ਚਲੋ ਵੀਰ ਜੀ, ਤੁਸੀਂ ਆਪਣਾ ਇਸ ਅੱਜ ਦਾ ਜੋ ਪ੍ਰਕਰਨ ਆ, ਜੋ ਅੱਜ ਅਸੀਂ ਫਸਟ ਤੇ ਸੈਕੰਡ ਵਰਲਡ ਵਾਰ ਦੀ ਗੱਲ ਕਰ ਰਹੇ ਹਾਂ, ਸਾਡਾ ਉਹ ਮੁੱਦਾ ਸੀਗਾ ਕਿ ਉਹਦੇ ਵਿੱਚ ਕਾਫੀ ਮੁਸਲਮਾਨ ਵੀਰ ਵੀ ਵਿੱਚ ਉਹਦੇ ਉਹਨਾਂ ਵਿੱਚ। ਜੀ, ਮੈਂ ਸੈਕੰਡ ਵਰਲਡ ਵਾਰ ਜਿਹੜੀ ਹੈ, ਮੇਰੇ ਪਿਤਾ ਉਦੋਂ ਸਨ ਪੁਲਿਸ ਸਨ ਗ੍ਰੇਟ ਬ੍ਰਿਟੇਨ, ਔਰ ਇੰਡੀਆ ਚ ਅੰਮ੍ਰਿਤਸਰ ਤੋਂ ਅਸੀਂ ਪਾਰਟੀਸ਼ਨ ਚ ਆਏ ਉੱਠ ਕੇ, ਠੀਕ ਹੈ ਜੀ, ਤੇ ਇਹ ਹੈ ਕਿ ਉਦੋਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਕੀਤੀਆਂ ਨੇ, ਔਰ ਇਹ ਸਾਰਾ ਕੁਝ ਜਾਣ ਲੱਗਿਆ ਉਹ ਪੋਲੀਟਿਕ ਜਿਹੜੀ ਸਾਡੇ ਚ ਪਾ ਗਏ ਨੇ, ਇਹ ਤੇ ਚਲੇ ਗਏ ਨੇ ਅੰਗਰੇਜ਼, ਲੇਕਿਨ ਸਾਨੂੰ ਜਿਹੜਾ ਨਾ ਆਪਣੇ ਜੋ ਕਹਿੰਦੇ ਨਾ ਤੁਹਾਨੂੰ ਤੁਹਾਡੇ ਜੋਗਾ ਰਹਿਣਤਾ ਤੇ ਨਾ ਤੁਹਾਨੂੰ ਆਪਣੇ ਆਪ ਜੋਗਾ ਰਹਿਣਤਾ, ਇਹ ਕਰਕੇ ਤੇ ਚਲੇ ਗਏ ਨੇ। ਲੇਕਿਨ ਇਹ ਹੈ ਕਿ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਸਨ ਸਾਡੇ ਵੱਡਿਆਂ ਨੂੰ, ਸਾਡੇ ਪੋਲੀਟੀਸ਼ੀਅਨਾਂ ਨੂੰ, ਕਿ ਅਸੀਂ ਉਹਨਾਂ ਚੀਜ਼ਾਂ ਤੋਂ ਕੁਝ ਸਬਕ ਹਾਸਲ ਕਰਦੇ। ਅਸੀਂ ਸਬਕ ਹਾਸਲ ਕਰਨ ਦੀ ਬਜਾਏ ਅਸੀਂ ਉਸ ਨੂੰ ਹੋਰ ਵਧਾਇਆ ਕਿ ਉਹਨੂੰ ਆਪਣਾ ਜਿਹੜਾ ਨਾ ਘਟਾਇਆ ਨੀ, ਅਸੀਂ ਉਹਨਾਂ ਦੂਜਿਆਂ ਨੂੰ ਵਧਾ ਦਿੱਤਾ, ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਵਧੀਆ ਜੀ ਤੁਹਾਡੇ ਸੋਹਣੇ ਵਿਚਾਰ ਨੇ ਵੀਰ ਜੀ। ਤੁਸੀਂ ਭਾਈ, ਮੈਂ ਥੋੜ੍ਹੇ ਐਡ ਹੀ ਕਰਨਾ ਜਿਹੜਾ ਅਮਿਤ ਸਾਹਿਬ ਨੇ ਗੱਲ ਕੀਤੀ। ਦੇਖੋ, ਜਿਹੜੇ ਆਪਾਂ ਬਾਹਰ ਬੈਠੇ ਸੀ, ਸਿੱਖ ਲੈ ਲਓ, ਹਿੰਦੂ ਲੈ ਲਓ, ਮੁਸਲਮਾਨ ਲੈ ਲਓ, ਕੋਈ ਵੀ ਲੈ ਲਓ, ਹਾਂਜੀ, ਉਹ ਇੱਕ ਕਿਸਮ ਦੇ ਉਹ ਆਜ਼ਾਦ ਆ, ਹਾਂਜੀ, ਆਪਣੀ ਸੋਚ ਵੀ ਆਜ਼ਾਦ ਆ, ਹਾਂਜੀ, ਪਰ ਜਿਹੜੇ ਲੋਕ ਮੈਂ ਕਹਿੰਦਾ ਪੰਜਾਬ ਵਿੱਚ ਰਹਿ ਰਿਹਾ, ਪਾਕਿਸਤਾਨ ਵਿੱਚ ਰਹਿ ਰਿਹਾ, ਹਾਂਜੀ, ਕਈ ਵਾਰੀ ਉਹਨਾਂ ਦੀਆਂ ਮਜਬੂਰੀਆਂ ਇੱਦਾਂ ਦੀਆਂ, ਹਾਂਜੀ, ਅਤੇ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਨੂੰ ਕੁਛ ਦਸਤਾ ਨੇ ਪੋਲੀਟੀਸ਼ਨ ਦੇ ਵੱਖਰੇ ਵੱਖਰੇ ਪਾਰਟੀਆਂ ਤੋਂ। ਜ਼ਿਆਦਾ ਤੇ ਜਿਹੜੀਆਂ ਪ੍ਰੋਬਲਮਾਂ ਨੇ ਉਹ ਪੋਲੀਟੀਸ਼ਨਾਂ ਦੀਆਂ ਕਰਨਾ, ਉਹਨਾਂ ਦੇ ਉਹਨਾਂ ਦਾ ਦਿਮਾਗ ਇਸੇ ਪਾਸੇ ਲੱਗਾ ਰਹਿੰਦਾ ਆ ਕਿ ਕਿਸ ਤਰ੍ਹਾਂ ਦੋ ਕਮਿਊਨਿਟੀਆਂ ਦੇ ਵਿੱਚ ਆਪਸ ਵਿੱਚ ਉਹਨਾਂ ਨੂੰ ਲੜਾ ਕੇ ਉਹਨਾਂ ਦਾ ਪ੍ਰੋਬਲਮ ਕ੍ਰੀਏਟ ਕਰਨੀ ਹੁੰਦੀ ਆ, ਕ੍ਰੀਏਟ ਕਰਕੇ ਤੇ ਆਪਣੀ ਜਿਹੜੀਆਂ ਵੋਟਾਂ ਨੇ ਨਾ ਉਹਨਾਂ ਨੂੰ ਆਪਣਾ। ਇਹ ਜ਼ਰੂਰ ਮੈਨੂੰ ਲੱਗਦਾ ਵੀ ਉੱਥੇ ਦੇ ਪੋਲੀਟੀਸ਼ੀਅਨ ਬ੍ਰਿਟੇਨ ਤੋਂ ਸਿੱਖਿਆ ਹੋਣਾ ਵੀ ਡਿਵਾਈਡ ਐਂਡ ਰੂਲ ਕਹਿੰਦੇ, ਹਾਂਜੀ, ਵੀ ਇਹਨਾਂ ਨੂੰ ਜੁਦੇ ਜੁਦੇ ਰੱਖੋ, ਹਾਂਜੀ, ਤਾਂ ਫਿਰ ਇਹਨਾਂ ਨੂੰ ਜੋ ਇਲੈਕਸ਼ਨ ਦਾ ਟਾਈਮ ਆਉਣਾ ਫਿਰ ਉਹ ਗੱਲਾਂ ਕਰੋ, ਉਦੋਂ ਗੱਲਾਂ ਕਰੋ ਇਹਨਾਂ ਨਾਲ। ਹਾਂਜੀ, ਵਾਹਿਗੁਰੂ ਜੀ, ਕੌਣ ਸਾਹਿਬ ਦੇ, ਕਿੱਥੋਂ ਬੋਲ ਰਹੇ ਜੀ? ਹਾਂਜੀ, ਢਿੱਲੋਂ ਸਾਹਿਬ, ਤੁਹਾਨੂੰ ਦੋਨਾਂ ਵੀਰਾਂ ਨੂੰ, ਤੁਹਾਡੇ ਸਟਾਫ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ, ਤੁਹਾਡਾ ਧੰਨਵਾਦ, ਆਪਣੇ ਵਿਚਾਰ ਦਿਓ ਜੀ। ਜੀ ਢਿੱਲੋਂ ਸਾਹਿਬ, ਵਿਚਾਰ ਤੇ ਤੁਹਾਡੇ ਮੈਂ ਸੁਣੇ ਨੇ, ਵੀਰ ਜੀ ਦੇ ਵੀ ਸੁਣੇ ਨੇ, ਹਾਂਜੀ, ਤੇ ਮੈਨੂੰ ਤੇ ਬੜੀ ਖੁਸ਼ੀ ਹੋਈ ਆ ਕਿ ਦੇਖੋ ਲੰਡਨ ਇੱਕ ਟੂਰਿਸਟ ਏਰੀਆ ਆ ਦੁਨੀਆ ਦਾ, ਹਾਂਜੀ ਹਾਂਜੀ, ਤੇ ਜਦੋਂ ਇੱਥੇ ਸਿੱਖ ਮੈਮੋਰੀਅਲ ਬਣਿਆ ਲੰਡਨ ਦੇ ਵਿੱਚ, ਤੇ ਮੈਂ ਕਹਿੰਦਾ ਇਦੋਂ ਵੱਡੀ ਹੋਰ ਸਿੱਖ ਕੌਮ ਨੂੰ, ਸਿੱਖ ਪੰਥ ਖਾਲਸਾ ਪੰਥ ਨੂੰ ਇਦੋਂ ਵੱਡੀ ਹੋਰ ਖੁਸ਼ੀ ਕਿਹੜੀ ਹੋਏਗੀ? ਤੁਹਾਡੇ ਵਰਗੇ ਵੀਰਾਂ ਦਾ ਸਾਥ ਚਾਹੀਦਾ ਆ, ਤੁਹਾਡੇ ਵਰਗੇ ਵੀਰਾਂ ਨੂੰ ਅੱਗੇ ਲੱਗਣਾ ਚਾਹੀਦਾ, ਤੇ ਕੰਮ ਹੋਣੇ ਨੇਪਰੇ ਚੜ ਜਾਣਗੇ। ਕੋਈ ਨੀ, ਅਸੀਂ ਬਿਲਕੁਲ ਅਸੀਂ ਤੁਹਾਡੇ ਨਾਲ ਕਰਕੇ ਤੇ ਪ੍ਰੋਗਰਾਮ ਦੇਖ ਰਹੇ ਹਾਂ, ਬਿਲਕੁਲ ਜੀ ਬਿਲਕੁਲ, ਇੱਥੋਂ ਇਹ ਸਾਬਤ ਹੋ ਜਾ, ਬਿਲਕੁਲ ਬੜੀ ਖੁਸ਼ੀ ਹੋਈ ਆ। ਨਾਲੇ ਢਿੱਲੋਂ ਸਾਹਿਬ, ਇੱਕ ਤੇ ਇਹ ਹੋਏਗਾ ਨਾ ਵੀ ਜਿਹੜਾ ਖਾਲਸਾ ਇਹ ਪ੍ਰਗਟਿਆ ਆ, ਇਹਦਾ ਜਨਮ ਨੀ ਹੋਇਆ, ਇਹ ਪ੍ਰਗਟਿਆ, ਇਹਦਾ ਪ੍ਰਕਾਸ਼ ਸਾਰੀ ਦੁਨੀਆਂ ਚ ਅਵਸ਼ ਹੋਏਗਾ।
ਭੁਗਲ ਸਾਹਿਬ ਜੀ ਵੇਖੋ 83,000 ਸਿੱਖ ਫੌਜੀ ਮੇਰੇ ਸਾਡੇ ਵੀਰ ਸਾਡੇ ਸਾਡੇ ਉਹ ਬਹਾਦਰ ਯੋਧੇ 83,000 ਇਹਨਾਂ ਦੋਨਾਂ ਜੰਗਾਂ ਦੇ ਵਿੱਚ ਬ੍ਰਿਟਿਸ਼ ਕਰਾਉਣ ਵਾਸਤੇ ਉਹ ਲੜਦੇ ਸ਼ਹੀਦ ਹੋਏ ਨੇ ਪਰ ਉਹਨਾਂ ਦਾ ਨਾਂ ਕਿਤੇ ਕਿਤੇ ਨਹੀਂ ਸਾਨੂੰ ਲੱਭਦਾ ਕਿਤੇ ਪੜ੍ਹਨ ਵਾਸਤੇ ਕਿ ਇੰਨੀਆਂ ਵੱਡੀ ਤਾਦਾਦ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਤੁਸੀਂ ਹਿੰਦੁਸਤਾਨ ਦੇ ਵਿੱਚ 2% ਆ ਅਤੇ ਦੁਨੀਆਂ ਦੇ ਵਿੱਚ ਤਾਂ ਸਾਡੀ ਕਿਤੇ ਪਰਸੈਂਟੇਜ ਦੇ ਵਿੱਚ ਕੋਈ ਨਾਂ ਹੀ ਨਹੀਂ ਆਉਂਦਾ ਪਰ ਦੁਨੀਆਂ ਦੀਆਂ ਜਿਹੜੇ ਜੰਗਾਂ ਨੇ ਉਹਨਾਂ ਨੂੰ ਰੋਕਣ ਵਾਸਤੇ ਵੇਖੋ 83,000 ਸਿੱਖ ਜਿਹੜਾ ਨੇ ਉਹ ਯੋਧੇ ਜਿਹੜੇ ਨੇ ਉਹ ਆਪਣੀ ਜਾਨਾਂ ਗਵਾ ਚੁੱਕੇ ਢਿੱਲੋਂ ਸਾਹਿਬ ਖੂਬਸੂਰਤੀ ਇਹੋ ਹੀ ਆ ਇਹ ਖੂਬਸੂਰਤੀ ਆ ਕਿ 2% ਹੁੰਦੇ ਹੁੰਦਿਆਂ ਨੇ ਬਾਕੀ ਇੰਨੇ ਪਰਸੈਂਟ ਵਾਲਿਆਂ ਨੂੰ ਬਚਾ ਕੇ ਰੱਖਿਆ ਔਰ ਉਸ ਹਿੰਦੁਸਤਾਨ ਵਾਸਤੇ ਅੱਜ ਤੱਕ ਲੜ ਰਹੇ ਨੇ ਵੇਖੋ ਅੱਜ ਦੀ ਭੁਗਲ ਸਾਹਿਬ ਮੈਂ ਤਾਂ ਥੋੜ੍ਹਾ ਇਹਦੇ 'ਚ ਐਡ ਕਰਦਾ ਜਾਵਾਂਗੇ ਹਿੰਦੁਸਤਾਨ ਦੇ ਰੈਵਨਿਊ ਦੇ ਵਿੱਚ 45% ਜਿਹੜਾ ਉਹ ਸਿੱਖ ਜਿਹੜੇ ਨੇ ਉਹ ਆਪਣਾ ਉਹ ਟੈਕਸ ਪ੍ਰਣਾਲੀ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ 45% ਏਡਾ ਵੱਡਾ ਹਿੰਦੁਸਤਾਨ ਕਹਿੰਦੇ ਏਡਾ ਵੱਡਾ ਹਿੰਦੁਸਤਾਨ ਆ ਢਿੱਲੋਂ ਸਾਹਿਬ ਮੈਂ ਤੁਹਾਡਾ ਬਹੁਤ ਸਮਾਂ ਨਹੀਂ ਲੈਣਾ ਮੈਂ 1-2 ਮਿੰਟ ਲੈਣੇ ਨੇ ਮੈਂ ਗੱਲ ਜਿਹੜੀ ਕਰਨੀ ਚਾਹੁੰਦਾ ਮੈਨੂੰ ਇੰਨੀ ਖੁਸ਼ੀ ਹੋਈ ਆ ਕਿ ਜਦੋਂ ਇਹ ਸਿੱਖ ਮੈਮੋਰੀਅਲ ਲੰਡਨ ਦੇ ਵਿੱਚ ਬਣ ਜਾਏਗਾ ਘੱਟੋ ਘੱਟ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਿੱਖ ਅੱਤਵਾਦੀ ਨੇ ਕਿ ਸੱਤਵਾਦੀ ਨੇ ਬਿਲਕੁਲ ਜੀ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਅਤਿਆਚਾਰੀ ਨੇ ਕਿ ਇਹ ਪਰਉਪਕਾਰੀ ਨੇ ਭੁਗਲ ਸਾਹਿਬ ਜੀ ਸਿੱਖਾਂ ਦਾ ਪਤਾ ਕਰਨਾ ਅੱਜ ਦੇ ਦਿਨ ਦੇ ਵਿੱਚ ਜੇ ਪਤਾ ਕਰਨਾ ਹੋਵੇ ਕਿਸੇ ਨੇ ਤੇ ਸੀਰੀਆ ਦੇ ਬਾਰਡਰ ਤੇ ਚਲੇ ਜਾਣ ਉੱਥੇ ਵੇਖੋ ਕਿੱਡੇ ਕਿੱਡੇ ਵੱਡੇ ਕੈਂਪ ਲਾਏ ਨੇ ਜਿਹੜੇ ਵਿਚਾਰੇ ਲੋਕੀ ਵਿਚਾਰੇ ਭੁੱਖੇ ਅਤੇ ਭੁੱਖ ਦੇ ਅਤੇ ਵਿਚਾਰੇ ਉੱਦਾਂ ਨਿਮਾਣੇ ਮਰੇ ਹੋਏ ਆ ਰਹੇ ਨੇ ਉਹਨਾਂ ਨੂੰ ਜ਼ਿੰਦਾ ਕਰਨ ਵਾਸਤੇ ਉਹਨਾਂ ਲੰਗਰ ਛਕਾ ਰਹੇ ਨੇ ਢਿੱਲੋਂ ਸਾਹਿਬ ਤਰਾਸਦੀ ਇਹ ਆ ਕਿ ਜਦੋਂ ਸਿੱਖ ਦੁਨੀਆਂ ਦੇ ਵਿੱਚ ਖਾਲਸਾ ਏਡ ਹੋਇਆ ਜਾਂ ਹੋਰ ਜਿੰਨੇ ਵੀ ਸਾਡੇ ਸੰਸਥਾਵਾਂ ਨੇ ਜਿਹੜੀਆਂ ਜਿੱਥੇ ਲੋੜ ਪੈਂਦੀ ਨੇ ਦਵਾਈਆਂ ਦੀ ਦਵਾਈਆਂ ਲੈ ਕੇ ਪਹੁੰਚਦੇ ਨੇ ਜਿੱਥੇ ਕੱਪੜੇ ਦੀ ਲੋੜ ਕੱਪੜੇ ਲੈ ਕੇ ਪਹੁੰਚਦੇ ਨੇ ਜਿੱਥੇ ਲੰਗਰ ਦੀ ਲੋੜ ਲੰਗਰ ਲੇਕਿਨ ਬਦਕਿਸਮਤੀ ਇਹ ਆ ਵੀ ਇਹ ਜਿਹੜਾ ਸਾਡਾ ਉੱਥੇ ਦਾ ਮੀਡੀਆ ਤੇ ਇਹ ਬਿਲਕੁਲ ਇੱਦਾਂ ਦੀ ਚੀਜ਼ ਬਿਲਕੁਲ ਨਹੀਂ ਦਿਖਾਉਂਦੇ ਨਾ ਉਹ ਮੀਡੀਆ ਦੇ ਇਹ ਗੱਲਾਂ ਕਦੇ ਨਹੀਂ ਦਿਖਾਉਗਾ ਜੇ ਕਿਤੇ ਸਿੱਖ ਤੋਂ ਲੜ ਪੈਣਗੇ ਕਿਸੇ ਗੱਲ ਕਰਕੇ ਉਹ ਦਿਖਾਉਣਗੇ ਉਹ ਸਾਰਾ ਸਾਲ ਦਿਖਾਉਣਗੇ ਢਿੱਲੋਂ ਸਾਹਿਬ ਮੈਂ ਇੱਕ ਸ਼ੇਅਰ ਬੋਲ ਕੇ ਤੁਹਾਤੋਂ ਮੈਂ ਖਿਮਾ ਲੈ ਲੈਣੀ ਹੈ ਮੈਨੂੰ ਬੜੀ ਖੁਸ਼ੀ ਅੱਜ ਧੰਨਵਾਦ ਜੀ ਲਿਖਿਆ ਬਈ ਖਾਲਸਾ ਪੰਥ ਵਿੱਚ ਗਿਣਤੀ ਲਈ ਥਾਂ ਕੋਈ ਨਾ ਵਾਹ ਆਪਾਂ ਗੱਲ ਕਰਕੇ ਹਟੇ ਨਾ ਭਾਵੇਂ 2% ਆ ਹਾਂਜੀ ਪਰ 98% ਨੂੰ ਅੱਗੇ ਲਾ ਲੈਂਦੇ ਨੇ ਇਹ ਬਿਲਕੁਲ ਜੀ ਖਾਲਸਾ ਪੰਥ ਵਿੱਚ ਗਿਣਤੀ ਲਈ ਥਾਂ ਕੋਈ ਨਾ ਸਗੋਂ ਗੁਣਾਂ ਨੂੰ ਮਾਨ ਸਨਮਾਨ ਮਿਲਦਾ ਹੈ ਉਹ ਉਂਝ ਤਾਂ ਜਾਨਵਰ ਵੀ ਜੀਵਨ ਜੀ ਲੈਂਦੇ ਜੀਵਨ ਜਿਉਣ ਦਾ ਇੱਥੇ ਗਿਆਨ ਮਿਲਦਾ ਬਈ ਮਾਲਕ ਦੀ ਮਰਜ਼ੀ ਨਾਲ ਖਾਲਸਾ ਹੋਇਆ ਪ੍ਰਗਟ ਇਹ ਜੰਮਿਆ ਨੀ ਇਹ ਪ੍ਰਗਟ ਹੋਇਆ ਬਿਲਕੁਲ ਜੀ ਇਹ ਸਾਰੀ ਦੁਨੀਆਂ ਦੇ ਵਿੱਚ ਪ੍ਰਕਾਸ਼ ਹੋਏਗਾ ਅਵਸ਼ ਹੋਏਗਾ ਇਹ ਅਟਲ ਸਚਾਈ ਆ ਮਾਲਕ ਦੀ ਮਰਜ਼ੀ ਨਾਲ ਖਾਲਸਾ ਹੋਇਆ ਪ੍ਰਗਟ ਤਾਂ ਇਹਦੇ ਪ੍ਰਕਾਸ਼ ਨੂੰ ਉਹਦੀ ਮੌਜ ਕਹੀਏ ਉਹਦੀ ਫੌਜ ਵਿੱਚ ਉਹਦੇ ਹੀ ਗੁਣ ਭੋਗਲ ਤਾਂ ਇਸ ਨੂੰ ਉਸਦੀ ਫੌਜ ਕਹੀਏ ਯਾਰੋ ਤਾਂ ਇਸ ਨੂੰ ਉਸਦੀ ਫੌਜ ਕਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੜੀ ਖੁਸ਼ੀ ਵਾਲੀ ਗੱਲ ਇਹਨਾਂ ਵੀਰਾਂ ਨੂੰ ਸ਼ਾਬਾਸ਼ ਵਾ ਹਿੰਮਤ ਕਰੀਏ ਹਿੰਮਤ ਨਹੀਂ ਛੱਡਣੀ ਆਪਾਂ ਕੁਰਬਾਨੀਆਂ ਕੀਤੀ ਪਹਿਲੀ ਲੜਾਈ ਤੇ ਦੂਸਰੀ ਲੜਾਈ ਜੇ ਆਪਾਂ ਹੁਣ ਬ੍ਰਿਟਿਸ਼ ਆਰਮੀ ਦੇਖ ਲਈਏ ਕਿਉਂਕਿ ਦੇਖੋ ਉਦੋਂ ਬ੍ਰਿਟਿਸ਼ ਦਾ ਉੱਥੇ ਰਾਜ ਸੀਗਾ ਅੱਜ ਬ੍ਰਿਟਿਸ਼ ਆਰਮੀ ਟੋਟਲ ਆਰਮੀ 1,10,000 ਆ ਟੋਟਲ ਅੱਜ ਦੀ ਡੇਟ ਦੇ ਵਿੱਚ ਤਾਂ ਉਦੋਂ ਵੀ ਜੇ ਬ੍ਰਿਟਿਸ਼ ਆਰਮੀ ਦੇ ਇੰਨੇ ਬੰਦੇ ਮਰ ਜਾਂਦੇ ਹਾਂਜੀ ਦੋਨਾਂ ਜੰਗਾਂ ਨੇ ਸਾਡੀ ਉਹ ਮਤਲਬ ਸਿੱਖ ਸਾਡੇ ਵੀਰ ਯੋਧੇ ਸੀਗੇ ਭਾਈ ਮੈਂ ਇੱਕ ਗੱਲ ਭੁੱਲ ਗਿਆ ਸੀ ਜਦੋਂ ਆਪਾਂ ਭਾਈ ਸਤਵੰਤ ਸਿੰਘ ਖਹਿਰ ਸਿੰਘ ਦੀ ਬਰਸੀ ਦੀ ਗੱਲ ਕਰਦੇ ਸੀ ਕਿਉਂਕਿ ਜਿੱਦਾਂ ਆਪਾਂ ਕਹਿੰਦੇ ਵੀ ਵੱਖਰੇ ਵੱਖਰੇ ਗੁਰੂ ਘਰਾਂ ਵਿੱਚ ਆਪਾਂ ਨੂੰ ਅਰਦਾਸ ਵੀ ਕਰਨੀ ਚਾਹੀਦੀ ਹੈ ਤੇ ਨਾਲੇ ਜਿੱਥੇ ਵੀ ਗੁਰੂ ਘਰ ਅਖੰਡ ਪਾਠ ਸਾਹਿਬ ਕਰਦੇ ਆ ਪ੍ਰੋਗਰਾਮ ਰੱਖਦੇ ਆ ਜਿੱਦਾਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ 7 ਤਰੀਕ ਨੂੰ ਉੱਥੋਂ ਸਿੱਖ ਫੈਡਰੇਸ਼ਨ ਨੇ ਪ੍ਰੋਗਰਾਮ ਰੱਖਿਆ ਜਿਹੜੇ ਵੀ ਦਰਸ਼ਕ ਵੈਸਟ ਮਿਡਲੈਂਡਸ ਦੇ ਇਲਾਕੇ ਆ ਤੁਸੀਂ ਜ਼ਰੂਰ ਉਹ ਸਿੰਘਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਆਪਣੇ ਲਈ ਕੀਤੀਆਂ
ਤੁਸੀਂ ਜ਼ਰੂਰ ਉੱਥੇ ਅਖੰਡ ਪਾਠ ਚੱਲ ਰਿਹਾ ਉੱਥੇ ਜ਼ਰੂਰ ਪਹੁੰਚੋ। ਹਾਂਜੀ ਸੰਡੇ ਪ੍ਰੋਗਰਾਮ ਹੋਣਾ ਕਰਕੇ ਆਪਾਂ ਜਿਹੜੇ ਆ ਵੱਖਰੇ ਵੱਖਰੇ ਮਸਲੇ ਉੱਥੇ ਵੀ ਆਪਾਂ ਗੱਲਾਂ ਇਹ ਕਰਨੀਆਂ ਕਰਕੇ ਸਿਰਫ ਆਪਾਂ ਸ਼ਹਾਦਤ ਦੀ ਗੱਲ ਨਹੀਂ ਕਰਨੀ ਪਰ ਆਪਾਂ ਗੱਲ ਕਰਨੀ ਜਿੱਦਾਂ ਆਪਣੀਆਂ ਪੁਰਾਣੀਆਂ ਸ਼ਹਾਦਤਾਂ ਹੋਈਆਂ ਪਹਿਲੀ ਲੜਾਈ 'ਚ ਨਹੀਂ ਤਾਂ ਹੋਰ ਆਪਣੇ ਜਿਹੜੇ ਕਰੰਟ ਮਸਲੇ ਆ ਉਹਨਾਂ ਬਾਰੇ ਵੀ ਆਪਾਂ ਗੱਲ ਕਰਨੀ। ਬਹੁਤ ਵਧੀਆ ਜੀ, ਫਿਰ ਆਪਾਂ ਸਾਰੇ ਨੂੰ ਸਾਰੇ ਵੀਰਾਂ ਨੂੰ ਸਾਰੇ ਗੁਰੂ ਘਰਾਂ ਨੂੰ ਰਲ ਮਿਲ ਕੇ ਜਿਹੜੇ ਸਾਡੇ ਇਹੋ ਜਿਹੇ ਯੋਧੇ ਹੋਏ ਨੇ ਜਿਨ੍ਹਾਂ ਦੀਆਂ ਸ਼ਹੀਦੀਆਂ ਮਨਾਈਆਂ ਜਾ ਰਹੀਆਂ ਨੇ ਸਾਰਿਆਂ ਨੂੰ ਵੱਧ ਚੜ੍ਹ ਕੇ ਇਹੋ ਜਿਹੇ ਕਾਰਜਾਂ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਆ, ਉਹਨਾਂ ਦੀਆਂ ਸ਼ਹੀਦੀਆਂ ਮਨਾਉਣੀਆਂ ਚਾਹੀਦੀਆਂ ਨੇ। ਸ਼ਹੀਦਾਂ ਦੇ ਪੁਰਬ ਮਨਾਵਾਂਗੇ ਅਤੇ ਸਿੱਖ ਕੌਮ ਜਿਹੜੀ ਆ ਉਹ ਜਵਾਨ ਹੋਏਗੀ ਹੋਏਗੀ ਚੜ੍ਹਦੀ ਕਲਾ ਵਿੱਚ ਹੋਏਗੀ। ਸੋ ਆਓ ਆਪਾਂ ਰਲ ਕੇ ਉਹਨਾਂ ਸ਼ਹੀਦ ਸਿੰਘਾਂ ਦੇ ਜਾਂ ਉਹਨਾਂ ਦੀਆਂ ਸ਼ਹੀਦੀਆਂ ਨੂੰ ਮਨਾਈਏ। ਦੂਸਰਾ ਭਾਈ ਦਵਿੰਦਰ ਜੀ, ਅਸੀਂ ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਬਾਰੇ ਦੇ ਵਿੱਚ ਜਿਸ ਤਰ੍ਹਾਂ ਹਾਂਜੀ ਕੈਨੇਡਾ ਗੌਰਮੈਂਟ ਦੇ ਬਾਰੇ ਵਿੱਚ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ ਸੁਣ ਰਹੇ ਹਾਂ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਦੀ ਸਰਕਾਰੀ ਦਖਲਅੰਦਾਜ਼ੀ ਹੈ ਸਾਡੇ ਗੁਰੂ ਘਰਾਂ ਦੇ ਵਿੱਚ ਕਿਉਂ ਹੋ ਰਹੀ ਆ, ਉਸ ਉਹ ਕਹਿੰਦੇ ਉਹ ਇਸ ਗੱਲ ਨੂੰ ਵੀ ਉਹ ਪ੍ਰੋੜਤਾ ਦੇ ਰਹੇ ਨੇ ਕਿ ਐਸੇ ਸੰਗਤ ਐਸੇ ਮੱਥਾ ਟੇਕਣ ਵਾਸਤੇ ਜਿਹੜਾ ਮਰਜ਼ੀ ਆਵੇ ਭਾਵੇਂ ਉਹ ਸਰਕਾਰੀ ਆ ਅਤੇ ਭਾਵੇਂ ਉਹ ਦਰਬਾਰੀ ਆ ਕੋਈ ਵੀ ਹੋਵੇ ਐਸੇ ਉਹ ਨਤਮਸਤਕ ਹੋਣ ਵਾਸਤੇ ਗੁਰੂ ਦੀਆਂ ਸਿੱਖਿਆਵਾਂ ਲੈਣ ਵਾਸਤੇ ਜਿਹੜਾ ਮਰਜ਼ੀ ਆ ਸਕਦਾ ਆ, ਪਰ ਸਰਕਾਰੀ ਭੇਸ ਦੇ ਵਿੱਚ ਆਣ ਕੇ ਸਾਡੇ ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਉੱਥੇ ਕਿਉਂ ਲੜਾਈਆਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ, ਇਹਦੇ ਬਾਰੇ ਵਿੱਚ ਤੁਸੀਂ ਕਿਸ ਤਰ੍ਹਾਂ? ਮੈਂ ਥੋੜ੍ਹਾ ਜਿਹਾ ਬੈਕਗ੍ਰਾਊਂਡ ਓਨਟੈਰੀਓ ਦਾ ਵੀ ਦੇਣਾ। ਹਾਂਜੀ, ਓਨਟੈਰੀਓ ਵਿੱਚ ਜਿੱਦਾਂ ਉੱਥੇ ਗੁਰਦੁਆਰਾ ਕੌਂਸਲ ਬਣੀ, ਓਨਟੈਰੀਓ ਗੁਰਦੁਆਰਾ ਕੌਂਸਲ, ਹਾਂਜੀ, ਤਾਂ ਉੱਥੇ ਜੇ ਆਪਾਂ ਦੇਖੀਏ ਓਨਟੈਰੀਓ ਵੀ ਬਹੁਤ ਵੱਡਾ ਇੱਕ ਪ੍ਰੋਵਿੰਸ ਆ। ਹਾਂਜੀ, ਇੱਕ ਪਾਸੇ ਵਿੰਜ਼ਰ ਗੁਰੂ ਘਰ ਆ ਜਿਹੜਾ ਡਿਟਰੋਇਟ ਦੇ ਬੋਰਡਰ 'ਤੇ ਲੱਗਦਾ, ਅਤੇ ਦੂਸਰੇ ਪਾਸੇ ਦੇਖ ਲਓ ਖਾਸ ਟੋਰੋਂਟੋ ਦੀ ਗੱਲ ਹੁੰਦੀ ਆ, ਤਾਂ ਟੋਰੋਂਟੋ ਵਿੱਚ ਦੋ ਗੁਰੂ ਘਰ ਮੇਨ ਜਿਹੜੇ ਗਿਣੇ ਜਾਂਦੇ ਆ, ਮਾਲਟਨ ਗੁਰੂ ਘਰ ਅਤੇ ਡਿਕਸੀ ਗੁਰੂ ਘਰ। ਹਾਂਜੀ, ਉਹ ਦੋਨੇ ਗੁਰੂ ਘਰ ਤਾਂ 15 ਗੁਰੂ ਘਰ ਇਨ ਟੋਟਲ ਓਨਟੈਰੀਓ ਦੇ, ਉਹਨਾਂ ਨੇ ਇਹ ਲਿਖਤੀ ਰੂਪ ਵਿੱਚ ਫੈਸਲਾ ਕੀਤਾ। ਹਾਂਜੀ, ਜਿਹੜਾ ਸਾਨੂੰ ਪਤਾ ਕਿਉਂਕਿ ਅਸੀਂ ਬਹੁਤ ਵਾਰੀ ਜਾਂਦੇ ਉੱਥੇ, ਹਾਂਜੀ, ਇਹ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਪਾਲਿਸੀ ਅੱਗੇ ਵੀ ਰਹੀ, ਠੀਕ ਹੈ ਨਾ, ਉਹਨਾਂ ਨੂੰ ਵੱਲੋਂ ਇਹ ਗੱਲ ਦਾ ਚਾਨਣ ਹੋ ਗਿਆ ਤਾਂ ਹੀ ਉਹਨਾਂ ਨੇ ਫਿਰ ਬੈਨ ਕੀਤਾ ਨਾ। ਉਹ ਕੀ ਸੀ ਵੀ ਉਹ ਗੁਰੂ ਘਰ ਦੀ ਸਟੇਜ ਤੋਂ ਹਾਂਜੀ ਅੱਗੇ ਵੀ ਕੋਈ ਵੀ ਪੋਲੀਟੀਸ਼ੀਅਨ ਆਉਂਦੇ ਸੀ, ਹਾਂਜੀ, ਤਾਂ ਤਕਰੀਬਨ ਮਾਲਟਨ ਗੁਰੂ ਘਰ ਦੀ ਹਮੇਸ਼ਾ ਇਹ ਪਾਲਿਸੀ ਰਹੀ, ਉਹਨਾਂ ਕੋਈ ਭਾਵੇਂ ਅਕਾਲੀ ਆਵੇ ਕੋਈ ਕਾਂਗਰਸੀ ਆਵੇ ਉਹ ਬਿਲਕੁਲ ਨਹੀਂ ਬੋਲਣ ਦਿੰਦੇ ਸੀ। ਬਿਲਕੁਲ ਠੀਕ ਠੀਕ ਹੈ ਜੀ, ਪਰ ਜਿੱਦਾਂ ਕਹਿ ਲਓ ਟਿਕਸੀ ਗੁਰੂ ਘਰ, ਹਾਂਜੀ, ਆਪਾਂ ਵੀ ਉਹ ਤਸਵੀਰ ਦੇਖੀ ਕੈਪਟਨ ਦੀ ਲੱਗੀ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ, ਉਹ ਡਿਕਸੀ ਗੁਰੂ ਘਰ ਦੀ ਸੀ। ਇਹਦਾ ਮੈਂ ਨਾ ਕਈ ਟਾਈਮ 'ਤੇ ਪੋਲੀਟੀਸ਼ੀਅਨ ਆਉਂਦੇ ਰਹੇ, ਹਾਂਜੀ, ਤਾਂ ਹੁਣ ਪਿਛਲੇ ਸਾਲ ਡੇਢ ਸਾਲ ਵਿੱਚ ਜਿਹੜੀ ਉੱਥੇ ਦੀ ਕੌਂਸਲੇਟ ਆ, ਹਾਂਜੀ, ਉਹ ਹੌਲੀ ਹੌਲੀ ਉਹ ਗੁਰੂ ਘਰਾਂ ਵਿੱਚ ਜਾਣ ਲੱਗ ਪਿਆ। ਬਿਲਕੁਲ ਬਿਲਕੁਲ ਠੀਕ, ਤਾਂ ਉਹਨਾਂ ਨੇ ਸੋਚਿਆ ਇੱਕ ਕਿਸ ਤਰ੍ਹਾਂ ਇਹ ਜਿਹੜੀ ਸਰਕਾਰੀ ਦਖਲਅੰਦਾਜ਼ੀ ਹੈ ਗੁਰੂ ਘਰਾਂ ਦੇ ਵਿੱਚੋਂ ਰੋਕੀ ਜਾਵੇ। ਹਾਂਜੀ, ਉਹਨਾਂ ਨੇ ਜਿਹੜਾ ਲਿਖਤੀ ਰੂਪ ਵਿੱਚ ਵੀ ਸਾਈਨ ਕੀਤਾ, ਉਹ ਉਹਨਾਂ ਨੂੰ ਆਪਣੇ ਰੀਜ਼ਨ ਵੀ ਦਿੱਤੇ ਆ। ਉਹ ਕਹਿੰਦੇ ਦੇਖੋ, ਇੱਕ ਪਾਸੇ ਆਪਾਂ ਜਗਤਾਰ ਸਿੰਘ ਜੌਲ ਦੀ ਗੱਲ ਕਰਦੇ, ਹਾਂਜੀ, ਹੁਣ ਕੈਨੇਡਾ ਤੋਂ ਵੀ ਨੌਜਵਾਨ ਗਏ, ਉਹਨਾਂ 'ਤੇ ਵੀ ਕੇਸ ਪਾ ਦਿੱਤੇ। ਉਹ ਕਹਿੰਦੇ ਵੀ ਇਹ ਇੱਕ ਨਵੀਂ ਪੋਲਿਸੀ ਆ ਇੰਡੀਆ ਸਰਕਾਰ ਦੀ ਵੀ ਜਿਹੜੇ ਬਾਹਰਲੇ ਬੈਠੇ ਸਿੱਖ ਆ ਨੌਜਵਾਨ, ਕੋਈ ਆਨੰਦ ਕਾਰਜ ਉੱਥੋਂ ਵੀ ਕੈਨੇਡਾ ਤੋਂ ਵੀ ਆਨੰਦ ਕਾਰਜ ਕਰਨ ਗਿਆ ਸੀ ਤਾਂ ਉੱਥੇ ਚਾਰਾਂ 'ਤੇ ਕੇਸ ਪਾ ਦਿੱਤੇ। ਉਹ ਕਹਿੰਦੇ ਵੀ ਆਪਾਂ ਕੀ ਕਰ ਸਕਦੇ, ਆਪਣੇ ਜਿਹੜੇ ਗੁਰੂ ਘਰ ਆ ਆਪਣੀਆਂ ਮੈਨੇਜਿੰਗ ਕਮੇਟੀਆਂ, ਹਾਂਜੀ, ਆਪਾਂ ਘੱਟੋ ਘੱਟ ਇਹ ਤਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਆਪਣੀਆਂ ਸਟੇਜਾਂ ਆ, ਹਾਂਜੀ, ਉਹ ਨਹੀਂ ਤੁਸੀਂ ਵਰਤ ਸਕਦੇ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਤੁਹਾਡੀ ਪੋਲਿਸੀ ਆ ਵੀ ਸਿੱਖਾਂ ਨੂੰ ਡਿਵਾਈਡ ਕਰਨਾ, ਹਾਂਜੀ, ਸਿੱਖਾਂ ਦੇ ਵਿੱਚ ਸ਼ੱਕ ਪਾਉਣੀ, ਬਿਲਕੁਲ ਬਿਲਕੁਲ, ਨਹੀਂ ਤਾਂ ਇਹਦੇ ਨਾਲ ਗੱਲ ਐਡ ਮੈਂ ਕਰ ਦਵਾਂ, ਹਾਂਜੀ, ਜਰਮਨ ਸਰਕਾਰ ਉਹਨਾਂ ਨੇ ਪਿਛਲੇ 3-4 ਸਾਲਾਂ ਤੋਂ ਇੱਕ ਬਹੁਤ ਵੱਡਾ ਸਟੈਪ ਲਿਆ। ਹਾਂਜੀ, ਉਹਨਾਂ ਦੋ ਬੰਦੇ ਅਰੈਸਟ ਕਰਕੇ ਐਵੀਡੈਂਸ ਪ੍ਰਜੈਂਟ ਕਰਕੇ ਕਨਵਿਕਟ ਕਰਤੇ, ਜੇਲ੍ਹ 'ਚ ਪਾ ਦਿੱਤੇ, ਹਾਂਜੀ, ਜਿਹੜੇ ਉਹ ਕਹਿੰਦੇ ਸੀ ਵੀ ਇਹ ਬੰਦੇ ਇੰਡੀਆ ਸਰਕਾਰ ਦੀ ਬੰਦਿਆਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਸੀ, ਹਾਂਜੀ, ਸਿੱਖਾਂ ਪ੍ਰਤੀ, ਜਿਹੜੇ ਜਰਮਨ 'ਚ ਰਹਿੰਦੇ ਸੀ। ਆਇਆ ਕਾਫੀ ਰਿਪੋਰਟਾਂ ਦੇ ਪਿਛਲੇ ਮਹੀਨੇ ਦੋ ਹੋਰ ਸਿੱਖ ਅਰੈਸਟ ਹੋਏ ਆ, ਹਾਂਜੀ, ਚਾਰਜ ਹੋਏ ਆ, ਉਹਨਾਂ ਦੇ ਕੇਸ ਚੱਲਣੇ, ਮਤਲਬ ਸਿੱਖੀ ਦੇ ਭੇਸ ਵਿੱਚ ਹੀ ਹੋਣਗੇ ਨਾ ਉਹ। ਹਾਂਜੀ, ਮੈਨੂੰ ਪਤਾ ਵੀ ਦੋਨੇ ਬੰਦਿਆਂ ਦਾ, ਹਾਂ, ਅਸੀਂ ਮਿਲੇ ਵੀ ਉਹਨਾਂ ਨਾਲ, ਵਾਹ, ਪਰ ਜਦੋਂ ਹੁਣ ਗੱਲਾਂ ਬਾਤਾਂ ਉੱਥੇ ਹੋਈਆਂ ਮੈਂ ਉਸ ਪਾਸੇ ਨਹੀਂ ਜਾਂਦਾ, ਹਾਂਜੀ, ਪਰ ਉਹ ਕੀ ਕਰਦੇ ਇੰਡੀਆ ਸਰਕਾਰ ਦੇ ਜਿਹੜੇ ਬੰਦੇ ਆ ਜਦੋਂ ਕਿਸੇ ਨੂੰ ਕੋਈ ਮਜਬੂਰੀ ਹੋ ਜਾਂਦੀ, ਹਾਂਜੀ, ਉਹ ਇੱਕ ਕਿਸਮ ਦੇ ਉਹ ਖਰੀਦ ਲੈਂਦੇ,
ਉਹ ਖਰੀਦ ਲੈਂਦੇ ਨੇ ਔਰ ਉਹ ਸਾਡੇ ਤੋਂ ਵੱਧ ਸਾਬਤ ਸੂਰਤ ਨੇ, ਸਾਡੇ ਤੋਂ ਵੱਧ ਉਹ ਕਹਿੰਦੇ ਕਿ ਅਸੀਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਕਮਸਤਕ ਹੁੰਦੇ ਹਾਂ, ਅਸੀਂ ਵੱਧ ਤੋਂ ਵੱਧ ਸੇਵਾ ਕਰਦੇ ਹਾਂ। ਪਰ ਪਤਾ ਨਹੀਂ ਵੀ ਅੰਦਰ ਉਹ ਕਿਹੜੀ ਕਿਹੜੀ ਭਾਵਨਾ ਲੈ ਕੇ ਉਹ ਲੈ ਕੇ ਉਹ ਉੱਥੇ ਉੱਥੇ ਆਣ ਕੇ ਦਿਵਾਣ ਕੇ ਬੈਠੇ ਹੁੰਦੇ ਨੇ। ਹੁਣ ਇੱਦਾਂ ਹੀ ਆ ਭਾਈ ਵੀ ਜੇ ਆਪਾਂ ਸੋਚੀਏ ਜਿਹੜੀ ਸਿੱਖਾਂ ਦੀ ਹਿਸਟਰੀ ਆ, ਇੱਥੇ ਲੈ ਲਓ, ਕਨੇਡਾ ਲੈ ਲਓ, ਜਰਮਨ ਲੈ ਲਓ, ਜਿੱਥੇ ਵੀ ਸਿੱਖ ਬਾਹਰ ਬੈਠੇ, ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀਆਂ ਪਾਲਿਸੀਆਂ ਤਾਂ ਬਹੁਤ ਕਲੀਅਰ ਹੁੰਦੀਆਂ, ਉਹਨਾਂ ਨੇ ਆਪਣਾ ਕੰਮ ਕਰਨਾ ਹੀ ਆ। ਪਰ ਜਦੋਂ ਇਹ ਕਮਿਊਨਿਟੀ ਵਿੱਚੋਂ ਬੰਦੇ ਲੈ ਲੈਂਦੇ, ਹਾਂਜੀ, ਖਰੀਦ ਲੈਂਦੇ, ਉਹਨਾਂ ਦੇ ਏਜੰਟ ਬਣ ਜਾਂਦੇ ਆ, ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ, ਹਾਂਜੀ, ਉਹ ਫਿਰ ਕਈ ਵਾਰੀ ਆਪਣੀ ਕਮਿਊਨਿਟੀ ਵਿੱਚ ਫਰਿਕਸ਼ਨ ਪੈ ਜਾਂਦੀ। ਤਾਂ ਇਹ ਪਹਿਲੀ ਸਰਕਾਰ ਆ ਜਰਮਨ ਸਰਕਾਰ ਨੇ ਜਿਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਲੋਕ ਇੱਥੇ ਰਹਿੰਦੇ ਆ, ਜੇ ਉਹਨਾਂ ਪ੍ਰਤੀ ਕੋਈ ਬਾਹਰਲੀ ਸਰਕਾਰ ਨੂੰ ਇਨਫੋਰਮੇਸ਼ਨ ਦੇ ਰਿਹਾ, ਅਸੀਂ ਉਹ ਬੰਦਿਆਂ ਨੂੰ ਛੱਡਣਾ ਨਹੀਂ। ਵੈਰੀ ਗੁੱਡ, ਬਹੁਤ ਵਧੀਆ, ਬਹੁਤ ਵੱਡਾ ਸਟੈਪ ਆ, ਬਹੁਤ ਵਧੀਆ, ਵੱਡਾ ਵਧੀਆ। ਹੁਣ ਇੱਥੇ ਵੀ ਅਸੀਂ ਪੁਲਿਸ ਨਾਲ ਗੱਲ ਕਰਕੇ, ਇਸ ਵੀਕ ਅਸੀਂ ਹੋਮ ਆਫਿਸ ਨਾਲ ਵੀ ਮੀਟਿੰਗ ਕੀਤੀ ਸੀ, ਅਸੀਂ ਕਿਹਾ ਵੀ ਇਹ ਜਰਮਨ ਸਰਕਾਰ ਕਰ ਸਕਦੀ, ਜਰਮਨ ਵਿੱਚ ਉਨੇ ਸਿੱਖ ਰਹਿ ਰਹੇ ਜਿੰਨੇ ਲੈਸਟਰ ਵਿੱਚ ਰਹਿੰਦੇ, ਉੱਥੇ 30-31 ਗੁਰਦੁਆਰੇ ਆ, ਹਾਂਜੀ, ਕਾਫੀ ਖਿਲ ਰਹੇ ਆ, ਪਰ ਜਿੰਨੀ ਲੈਸਟਰ ਦੀ ਆਬਾਦੀ ਸਿੱਖਾਂ ਦੀ, ਇਹ ਟੋਟਲ ਜਰਮਨ ਦੀ ਆਬਾਦੀ ਸਿੱਖਾਂ ਦੀ। ਹੁਣ ਜੇ ਚਾਰ ਬੰਦੇ, ਦੋ ਅਰੈਸਟ ਕਨਵਿਕਟ ਹੋ ਗਏ, ਦੋ ਹੁਣ ਅਰੈਸਟ ਕੀਤੇ, ਚਾਰਜ ਕੀਤੇ ਗਏ ਪਿਛਲੇ 3-4 ਸਾਲਾਂ 'ਚ, ਮੈਨੂੰ ਲੱਗਦਾ ਵੀ ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ, ਮੈਨੂੰ ਲੱਗਦਾ ਹਰ ਸ਼ਹਿਰ 'ਚ ਉਹਨਾਂ ਬੰਦੇ ਬਿਠਾਲੇ ਹੋਣੇ। ਬਿਲਕੁਲ ਜੀ, ਬਿਲਕੁਲ ਜੀ। ਹੋਰ ਵੇਖੋ, ਇੰਨਾ ਜੋ ਹਿੰਦੁਸਤਾਨ ਦੇ ਜੋ ਦੂਤ ਘਰ ਨੇ, ਉਹਦੇ ਵਿੱਚ 500-500 ਬੰਦਾ ਕੰਮ ਕਰ ਰਿਹਾ, ਉਹ ਇਹੀ ਕੰਮ ਕਰ ਰਿਹਾ ਕਿ ਉੱਥੇ ਕਿਹੜੇ ਵੀਜ਼ੇ ਵਾਸਤੇ, ਜੇ ਵੀਜ਼ਾ ਇੱਕ ਇੰਡੀਅਨ ਨੇ ਵੀਜ਼ਾ ਲਾਉਣਾ ਤਾਂ ਉਹਨੂੰ 2-2 ਮਹੀਨੇ ਲਾ ਦਿੰਦੇ ਨੇ, ਉਹਦੇ ਵਾਸਤੇ ਤਾਂ ਇੰਨਾ ਉਹਨਾਂ ਕੋਲ ਟਾਈਮ ਹੈ ਨਹੀਂ, ਅਤੇ 500-500 ਬੰਦਾ ਕੀ ਕਾਹਦੇ ਵਾਸਤੇ ਇੱਥੇ ਲੈ ਜਾਣਗੇ ਬਿਠਾਲੇ, ਇਸ ਵਾਸਤੇ ਬਿਠਾਲਿਆ। ਜੇ ਆਪਾਂ ਮੁੜ ਕੇ ਗੱਲ ਕਰੀਏ, ਜਦੋਂ ਹੁਣ ਅੰਟੈਰੀਓ ਗੁਰਦੁਆਰਿਆਂ ਨੇ ਇਹ ਸਟੈਪ ਲੈ ਲਿਆ, ਹੁਣ ਕੁਬੈਕ ਦੇ ਗੁਰਦੁਆਰਿਆਂ ਨੇ, ਫਿਰ ਉੱਧਰ ਸਰੀ ਵੱਲ, ਹੁਣ ਲੱਗਦਾ ਵੀ ਇਹ ਗੱਲ ਕਨੇਡਾ ਵਿੱਚ ਫੈਲ ਗਈ। ਤਾਂ ਕੱਲ੍ਹ ਇੱਥੇ BBC ਨੇ ਪੂਰਾ ਘੰਟਾ ਦਾ ਪ੍ਰੋਗਰਾਮ ਕੀਤਾ ਵੀ ਜੇ ਉਹਨਾਂ ਜਗਤਾਰ ਸਿੰਘ ਜੌਲ ਦੀ ਗੱਲ ਕੀਤੀ, ਉਹ ਤਾਂ ਇੱਥੇ ਦਾ ਰਹਿਣ ਵਾਲਾ, ਹਾਂਜੀ, ਬੜੀ ਪਾਸਪੋਰਟ ਹੋਲਡਰ ਆ, ਇੱਥੇ ਗੁਰੂ ਘਰਾਂ ਦੀਆਂ ਮੈਨੇਜਿੰਗ ਕਮੇਟੀਆਂ ਉਹ ਇੱਦਾਂ ਦਾ ਸਟੈਪ ਲੈਣਗੇ। ਤਾਂ ਜਿੰਨੇ ਵੀ ਉਹਨਾਂ ਦੇ ਸ਼ੋਅ 'ਤੇ ਆਏ ਸੀ ਬੰਦੇ, ਜਿੰਨੇ ਕੋਲਰ ਆਏ, ਹਾਂਜੀ, ਉਹ ਸਾਰੇ ਕਹਿੰਦੇ ਵੀ ਹੁਣ ਮੌਕਾ ਆ ਗਿਆ ਵੀ ਇੱਥੇ ਵੀ ਆਪਾਂ ਨੂੰ ਇੱਦਾਂ ਦੇ ਸਟੈਪ ਲੈਣੇ ਚਾਹੀਦੇ। ਹਾਂਜੀ, ਤਾਂ ਅੱਜ ਹੀ ਹੁਣ ਖਬਰਾਂ ਹਿੰਦੁਸਤਾਨ ਟਾਈਮਸ 'ਚ ਲੱਗੀਆਂ, ਹਿੰਦੂ ਨਿਊਜ਼ਪੇਪਰ 'ਚ ਲੱਗਿਆ, ਸਿੱਖ ਸਿਆਸਤ ਲੱਗੀਆਂ ਕਰਕੇ, ਇਸ ਵੀਕਐਂਡ ਸੰਡੇ ਨੂੰ ਜਿਹੜੀ ਆਪਣੀ ਜਥੇਬੰਦੀਆਂ ਦੀ ਸਾਂਝੀ ਫੈਡਰੇਸ਼ਨ ਆਫ ਸਿੱਖ ਔਰਗਨਾਈਜੇਸ਼ਨ, ਉਹਨਾਂ ਨੇ ਇਹ ਡਿਸਕਸ ਕਰਨਾ ਵੀ ਜੇ ਆਪਾਂ ਇੱਥੇ ਲਾਗੂ ਕਰਦੇ, ਹਾਂਜੀ, ਕਿਉਂਕਿ ਇੱਥੇ ਵੀ ਬਹੁਤ ਗੁਰੂ ਘਰ ਆ ਜਿਹੜੇ ਇਸ ਪੋਲਿਸੀ ਦੇ ਅੱਗੇ ਉਹ ਕੰਮ ਕਰਦੇ ਹੀ ਆ। ਹਾਂਜੀ ਹਾਂਜੀ, ਪਰ ਇੱਥੇ ਵੀ ਅਸੀਂ ਦੇਖਿਆ ਵੀ ਪਿਛਲੇ 4-5 ਸਾਲਾਂ ਤੋਂ ਹੌਲੀ ਹੌਲੀ ਇੰਡੀਅਨ ਹਾਈ ਕਮਿਸ਼ਨ ਦੇ ਬੰਦੇ ਗੁਰੂ ਘਰਾਂ ਵਿੱਚ ਜਾਣ ਲੱਗ ਪਏ। ਹਾਂਜੀ, ਤਾਂ ਅੱਜ ਵੀ ਗੁਰੂ ਘਰਾਂ ਦੇ ਵਿੱਚ ਜਾਣ ਤੋਂ ਕਿਸੇ ਨੂੰ ਮਨਾਹੀ ਨਹੀਂ, ਮੱਥਾ ਟੇਕਣ ਤੋਂ ਕਿਸੇ ਨੂੰ ਮਨਾਹੀ ਨਹੀਂ, ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਵੀ, ਚਾਹੇ ਉਹ ਸਰਕਾਰੀ ਮੁਲਾਜ਼ਮ ਆ ਚਾਹੇ ਉਹ ਪ੍ਰਾਈਵੇਟ ਮੁਲਾਜ਼ਮ ਆ, ਕੋਈ ਵੀ ਹੈ, ਉਹ ਗੁਰੂ ਘਰ ਦੇ ਵਿੱਚ ਜਾ ਕੇ ਨਕਮਸਤਕ ਸੇਵਾ ਕਰ ਸਕਦਾ ਹੈ, ਜਾ ਕੇ ਆਪਣਾ ਜੋ ਵੀ ਉਹਦੀ ਮਨ ਦੀ ਭਾਵਨਾ ਉਹ ਕਰ ਸਕਦਾ ਆ। ਪਰ ਆਪਣੀ ਜਿਹੜੀ ਸਿਆਸਤ ਆ ਗੁਰੂ ਘਰ ਦੇ ਵਿੱਚ, ਜੇ ਉਹ ਛੱਡਣ ਜਾਂਦਾ ਆ ਉੱਥੇ 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 ਕਮਿਊਨਿਟੀ ਦੇ ਵਿੱਚ ਦੁਫਰਕਾ ਪਾਉਂਦਾ ਹੈ, ਤਾਂ ਇਹ ਬਹੁਤ ਮਾੜੀ ਗੱਲ ਹੈ, ਇਹਦੀ ਸਾਨੂੰ ਘੋਰ ਨਿੰਦਿਆ ਕਰਨੀ ਚਾਹੀਦੀ। ਉਹਦੇ ਭਾਅ ਜੀ ਮੈਂ ਸਿਰਫ ਐਕਸਪਲੇਨ ਕਰਨਾ, ਬਿਕੋਜ਼ ਇਹ ਜਿਹੜੀ ਤੁਸੀਂ ਗੱਲ ਕੀਤੀ, ਕੋਈ ਵੀ ਇੰਡੀਵਿਜੁਅਲ, ਸਿੱਖ ਹੋਵੇ ਨੋਨ ਸਿੱਖ ਹੋਵੇ, ਜਿਹਨਾਂ ਨੇ ਉੱਥੇ ਸੰਗਤ ਦੇ ਰੂਪ ਵਿੱਚ ਜਾਣਾ, ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਉਹ ਖੁੱਲ੍ਹਾ ਸਾਰਿਆਂ ਲਈ, ਹਰ ਸਭ ਵਾਸਤੇ, ਸਾਰਿਆਂ ਕਮਿਸ਼ਨਰ ਹੋਵੇ, ਭਾਵੇਂ ਸਾਡਾ ਹਿੰਦੂ ਵੀਰ ਹੋਵੇ, ਚਾਹੇ ਸਾਡਾ ਮੁਸਲਮਾਨ ਭਰਾ ਹੋਵੇ, ਹਾਂਜੀ, ਚਾਹੇ ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਵੀ ਕੌਮ ਦਾ ਹੋਵੇ, ਉਹਨਾਂ ਵਾਸਤੇ ਸਭਨਾਂ ਵਾਸਤੇ ਗੁਰੂ ਘਰ ਖੁੱਲ੍ਹੇ ਨੇ। ਪਰ ਜਿਹੜੇ ਸਰਕਾਰੀ ਬੰਦੇ ਜਿਹੜੇ ਗੁਰੂ ਘਰ ਦੇ ਵਿੱਚ ਦਖਲਦਾਜੀ ਕਰਦੇ ਨੇ, ਗੁਰੂ ਘਰਾਂ ਨੂੰ ਸਿੱਖ ਕੌਮ ਦੇ ਦਾ ਜਿਹੜਾ ਮੂੰਹ ਮਹਾਂਦਰਾ ਵਿਗਾੜ ਦੇਣਾ ਚਾਹੁੰਦੇ ਨੇ, ਉਹਨਾਂ ਲੋਕਾਂ ਦੀ ਗੁਰੂ ਘਰਾਂ ਵਿੱਚ ਕੋਈ ਲੋੜ ਨਹੀਂ। ਹਾਂਜੀ, ਤਾਂ ਉਹਦੇ ਵਿੱਚ ਗੱਲ ਐਕਚੁਲੀ ਇੱਦਾਂ ਚੱਲ ਗਈ ਵੀ ਅੱਜ, ਕਿਉਂਕਿ ਡੈਪਟੀ ਹਾਈ ਕਮਿਸ਼ਨਰ ਨੇ ਵੀ ਆਪਣੇ ਬਿਆਨ ਦਿੱਤੇ ਪੇਪਰਾਂ 'ਚ, ਉਹ ਕਹਿੰਦੇ ਵੀ ਅਸੀਂ ਪਿਛਲੇ ਸਾਲ 'ਚ, ਹਾਂਜੀ, ਅਸੀਂ ਤਾਂ ਪ੍ਰੋਗਰਾਮ ਵੀ ਆਪ ਮਨਾਏ ਗੁਰੂ ਸਾਹਿਬ ਬਾਰੇ, ਹਾਂਜੀ, ਕਿਉਂਕਿ ਉਹਨਾਂ ਕਿਹਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਪ੍ਰੋਗਰਾਮ ਸੀ। ਹਾਂਜੀ, ਹੁਣ ਮੈਂ ਬਹੁਤ ਬਹੁਤ ਸੋਹਣੀ ਗੱਲ ਹੈ, ਜੇ ਉਹਨਾਂ ਨੇ ਮਨਾਏ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਆ, ਸੱਚਾ ਕੰਮ ਕੀਤਾ ਆ ਹਿੰਦੁਸਤਾਨ ਵਾਸਤੇ। ਹਾਂਜੀ, ਪਰ ਇਹਦੇ ਵਿੱਚ ਜਿਹੜੀ ਕੈਨੇਡਾ ਵਾਲਿਆਂ ਨੂੰ ਵੀ ਇਹ ਗੱਲ ਵਿੱਚ ਲਿਖੀ ਵੀ ਜੇ ਸਰਕਾਰ ਜਿਹੜੇ ਆਪਣੇ ਗੁਰੂ ਘਰਾਂ ਦੇ ਕੰਮ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਦੇਣ ਲੱਗ ਪਏ, ਹਾਂਜੀ, ਕਿਉਂਕਿ ਮੈਂ ਹੁਣ ਐਗਜ਼ਾਮਪਲ ਦੇਣਾ, ਪਿਛਲੇ ਮਹੀਨੇ ਦਾ ਦਸੰਬਰ ਵਿੱਚ 2 ਪ੍ਰੋਗਰਾਮ
यूके दे पार्लियामेंट विच रखेगा सिखां वल्लों नहीं एक प्रोग्राम रखिया गया एक इंडिविजुअल दे थ्रू जिहड़ा गुरु ग्रंथ साहिब जी नूं नहीं मंदा वो लिविंग गुरु नूं मंदा पर वह प्रजेंट किया गया भी यह 350 साल प्रोग्राम गुरु ग्रंथ गुरु गोबिंद सिंह जी का तो इंडियन हाई कमिशन की पूरी बैकिंग 7 दसंबर नूं पार्लियामेंट विच होया एक होर प्रोग्राम होया जिहड़ा देखो आप ऑल पार्टी सिख ग्रुप बनाई हाँ जी पर एक वक्री ग्रुप ने पार्लियामेंट जन्म दिहाड़ा मनाने वास्ते ना थले एडा वड्डा तुसीं ना दिंदे जो ना थले इहो जे काम काम करदे जे ते फिर इह कौम दे विच पाड़ा नहीं ते होर की नाले ओ फिर गुरु गोबिंद सिंह जी दी गल समझे नहीं जिहड़ी ओ गुरु ग्रंथ साहिब जी नूं अथॉरिटी दे गए सी तो ये भाई मैं सिर्फ ना ये गल दर्शकों ने साझी करदा भी ये एक चैलेंज सिखा लई है हाँ जी हाँ जी भी जिहड़ी दखलअंदाजी हो रही है इदां दे प्रोग्राम हो रहा है आपां नूं हुण एक केस सामने आ गया बिल्कुल जी जिहदे विच आम संगत हाँ जी कहिंदा भी एक नौजवान हाँ जी वाहिगुरू जी कौन साहब दे कित्थों बोल रहे जी वाहिगुरू खालसा जी भाई फतेह जी भाई खालसा जी फतेह जी मैं महिंदर सिंह ਮਿਲਟਨ ਕਿੰਤੂ ਬੋਲ ਰਿਹਾ ਜੀ ਹਾਂਜੀ ਹਾਂਜੀ ਮਿੰਦਰ ਸਿੰਘ ਆਪਣੇ ਵਿਚਾਰ ਦਿਓ ਵੀਰ ਜੀ ਆਪਦੇ ਜੋ ਸੁਣਨੇ ਵਿਚਾਰ ਕਰ ਰਹੇ ਮੈਂ ਬਹੁਤ ਹੈਪੀ ਹਾਂ ਤੇ ਜਿੱਦਾਂ ਸਿੱਖਾਂ ਨੇ ਜੋ ਕੀਤਾ ਜੇ ਸਿੱਖਾਂ ਨੇ ਜੋ ਕਰਦੇ ਪਏ ਨੇ ਇਹ ਤੋਂ ਪਹਿਲੀ ਗੱਲ ਤਾਂ ਸਰਦਾਰ ਸਿੰਘ ਕਹਾਵਤ ਨਹੀਂ ਆ ਸਿੰਘ ਨੂੰ ਸਿੰਘ ਹੀ ਮਾਰਦਾ ਬਾਕੀ ਕੋਈ ਨਹੀਂ ਮਾਰਦਾ ਜੀ ਥੈਂਕ ਯੂ ਵੀਰ ਜੀ ਤੇ ਬਾਅਦ ਜੀ ਇੱਕ ਹੁਣ ਵਿਚਾਰ ਹੋਏ ਨੇ ਕਿ ਗੁਰਦੁਆਰਾ ਸਾਹਿਬ ਵਿੱਚ ਕੋਈ ਆਪਣੇ ਨੇ ਚਾਰੇ ਦਰਵਾਜ਼ੇ ਖੁੱਲ੍ਹੇ ਨੇ ਜਦੋਂ ਆਪਣੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਕੋਈ ਮੁਸਲਮਾਨ ਕੋਈ ਹਿੰਦੂ ਆ ਜਾਂਦਾ ਤੇ ਆਪਣੇ ਸਿੰਘ ਜਿਹੜੇ ਪੁਰਾਣੇ ਨੇ ਕੋਈ ਸਰਾਂ ਕਰਨਾ ਇਸ ਚੀਜ਼ ਦਾ ਜਿਹੜੇ ਪੁਰਾਣੇ ਵਿੱਚ ਬਜ਼ੁਰਗ ਨੇ ਉਹ ਅੱਖਾਂ ਬਾੜ ਬਾੜ ਕੇ ਦੇਖਦੇ ਨੇ सेवा करदे ने उहदे उहनां दा बहुत बहुत धन्नवाद करदे ने आपां मैं तेरे वीर जी माफ करना मैं तुहाडे इस विचार दे नाल सहमत नहीं इह दा मैं तुहानूं मैं दसणा कि गुरद्वारे साहिब ऐसे ने जिहदा विच करदे ने लोकी नहीं 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 ਤੁਸੀਂ ਕਹਿੰਦੇ ਮੈਂ ਤੁਹਾਨੂੰ ਉਹਨਾਂ ਦੀ ਫੋਟੋ ਖਿੱਚ ਜਦੋਂ ਆਣਗੇ ਮੈਂ ਤੁਹਾਨੂੰ ਸਪੀਕ ਕਰਕੇ ਭੇਜ ਦਾਂਗਾ ਤੁਹਾਨੂੰ ਦੱਸੋ ਨਹੀਂ ਵੀਰ ਜੀ ਤੁਸੀਂ ਚਲੋ ਆਪਾਂ ਤੁਸੀਂ ਬਾਹਰ ਕਿਸ ਅੰਦਾਜ਼ੇ ਨਾਲ ਦੇਖ ਰਹੇ ਜੇ ਨਹੀਂ ਨਹੀਂ ਮੈਂ ਅੰਦਾਜ਼ੇ ਨਾਲ ਪਰ ਗੁਰੂ ਘਰ ਸਭਨਾ ਵਾਸਤੇ ਖੁੱਲੇ ਨੇ ਚਾਹੇ ਉਹ ਮੁਸਲਮਾਨ ਮੇਰਾ ਵੀਰ ਆ ਚਾਹੇ ਉਹ ਹਿੰਦੂ ਵੀਰ ਆ ਚਾਹੇ ਕਿਸੇ ਵੀ ਬਰਾਦਰੀ ਦਾ ਕਿਸੇ ਵੀ ਕਮਿਊਨਿਟੀ ਦਾ ਜਾਂ ਜਿਹੜਾ ਸੇਵਾ ਕਰਨ ਵਾਸਤੇ ਆਉਂਦਾ ਆ ਜਿਹੜਾ ਨਕਮਸਤਕ ਹੋਣ ਵਾਸਤੇ ਆਉਂਦਾ ਆ ਉਹਦੇ ਵਾਸਤੇ ਗੁਰੂ ਘਰ ਖੁੱਲ੍ਹੇ ਨੇ ਔਰ ਹਰ ਇੱਕ ਦਾ ਧੰਨਵਾਦ ਕੀਤਾ ਜਾਂਦਾ ਕਿ ਆਓ ਗੁਰੂ ਘਰ ਦੇ ਗੁਰੂ ਦੇ ਦਰਸ਼ਨ ਕਰੋ ਗੁਰੂ ਦੀਆਂ ਸਿੱਖਿਆਵਾਂ ਲਓ ਮੈਂ ਖਾਲਸਾ ਜੀ ਮੈਂ ਇਸ ਚੀਜ਼ ਦੇ ਤੁਹਾਡੇ ਨਾਲ ਸਹਿਮਤ ਹਾਂ ਹਾਂਜੀ ਪਰ ਨਹੀਂ ਕਰਦੇ ਲੋਕੀ ਨਹੀਂ ਲੋਕੀ ਨਹੀਂ ਆਪਾਂ ਲੋਕਾਂ ਦੀ ਗੱਲ ਨਾ ਕਰੀਏ ਆਪਾਂ ਗੁਰੂ ਘਰਾਂ ਦੀ ਗੱਲ ਕਰ ਰਹੇ ਵੀਰ ਜੀ ਗੁਰੂ ਘਰਾਂ ਦੀ ਗੁਰੂ ਘਰ ਦੀ ਗੱਲ ਕਰਦੇ ਹਾਂ ਜਦੋਂ ਸਾਡੇ ਕਾਰ ਬਾਰ ਖੁੱਲ੍ਹੇ ਨੇ ਜਦੋਂ ਕੋਈ ਬੰਦਾ ਪੈਸੇ ਦੇਣ ਆ ਜਾਂਦਾ ਉਦੋਂ ਕਹਿੰਦੇ ਕੋਈ ਨਹੀਂ ਆਉਂਦਾ ਜਿਹੜਾ ਮਰਜ਼ੀ ਆਉਂਦਾ ਨਹੀਂ ਐਡੇ ਵੀ ਸਾਡੇ ਗੁਰੂ ਘਰ ਜਿਹੜੇ ਲੋਕਾਂ ਦੇ ਪੈਸਿਆਂ ਨਾਲ ਨਹੀਂ ਚੱਲਦੇ ਗੁਰੂ ਦੀ ਸੰਗਤ ਚਲਾ ਰਹੀ ਹੈ ਗੁਰੂ ਘਰਾਂ ਨੂੰ ਅਤੇ ਬਾਕੀ ਹਰ ਇੱਕ ਦਾ ਧੰਨਵਾਦ ਕਰਦੇ ਹਾਂ ਅਸੀਂ ਹਰ ਇੱਕ ਨੂੰ ਜੀ ਆਇਆਂ ਕਹਿੰਦੇ ਹਾਂ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਆ ਚਾਹੇ ਉਹ ਕਿਸੇ ਵੀ ਧਰਮ ਦਾ ਆ ਚਾਹੇ ਉਹ ਕਿਸੇ ਵੀ ਬਰਾਦਰੀ ਦੇ ਵਿੱਚੋਂ ਆ ਹਰ ਇੱਕ ਨੂੰ ਜੀਓ ਆਇਆਂ ਹਰ ਇੱਕ ਦਾ ਧੰਨਵਾਦ ਕਿ ਆਓ ਆਣ ਕੇ ਆਪ ਗੁਰੂ ਨੂੰ ਨਕਮਸਤਕ ਹੋਵੋ ਆਣ ਕੇ ਗੁਰੂ ਦੀ ਆਪਣੀ ਜੋ ਸੇਵਾ ਜੋ ਆਪਣੀ ਭਾਵਨਾ ਆ ਉੱਥੇ ਰੱਖੋ ਆਣ ਕੇ ਸੇਵਾ ਕਰੋ ਸੇਵਾ ਕਮਾਓ ਇਹੀ ਗੁਰੂ ਘਰਾਂ ਦੇ ਸਾਡਿਆਂ ਦੇ ਉਦੇਸ਼ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਉਹ ਉਦੋਂ ਭਾਈ ਜਿਹੜੀ ਗੱਲ ਕਰਦੇ ਸੀ ਦੇਖੋ ਕਿਸੇ ਕੋਈ ਇੱਕ ਅੱਧੀ ਕੋਈ ਹੋਵੇ ਚਾਹੇ ਉਹ ਦੇਖੋ ਜਿਹੜਾ ਆਪਾਂ ਨੂੰ ਸਹੀ ਕਰਨਾ ਚਾਹੀਦਾ ਉਹ ਆਪਾਂ ਦੱਸਣਾ ਹਾਂਜੀ ਹਾਂਜੀ ਕੋਈ ਵੀ ਆਪਾਂ ਇੰਡੀਵਿਜੁਅਲ ਤੌਰ 'ਤੇ ਆਪਾਂ ਕਿਸੇ ਨਾਲ ਵੀ ਡਿਸਕ੍ਰਿਮੀਨੇਸ਼ਨ ਕਰ ਸਕਦੇ ਹਾਂ ਹਾਂਜੀ ਆਪਾਂ ਕੰਮ 'ਤੇ ਕਰ ਲੈਂਦੇ ਹਾਂ ਗੁਰੂ ਘਰ ਵਿੱਚ ਕਰ ਸਕਦੇ ਪਰ ਜਿੱਥੇ ਗਲਤ ਹੈ ਆਪਾਂ ਨੂੰ ਗਲਤ ਕਹਿਣਾ ਪੈਂਦਾ ਪਰ ਇਹ ਕਰਨਾ ਨਹੀਂ ਚਾਹੀਦਾ ਗੁਰੂ ਘਰ ਵਿੱਚ ਕਰਕੇ ਉਹ ਚਾਰੇ ਦਰਵਾਜ਼ੇ ਖੁੱਲ੍ਹੇ ਆ ਤਾਂ ਭਾਈ ਆਪਾਂ ਗੱਲ ਕਰਦੇ ਸੀ ਵੀ ਇਹ ਜਿਹੜਾ ਹੁਣ ਇੱਕ ਚੈਲੰਜ ਸਿੱਖਾਂ ਲਈ ਆ ਹਾਂਜੀ ਕਰਕੇ ਜਗਤਾਰ ਸਿੰਘ ਜੌਹਲ ਇੱਥੋਂ ਗਿਆ ਹਾਂਜੀ ਜੋ ਯੂਕੇ ਸਰਕਾਰ ਕਰ ਸਕਦੀ ਆਪਾਂ ਨਹੀਂ ਕਰ ਸਕਦੇ ਪਰ ਜੋ ਕੁਛ ਆਪਾਂ ਕਰ ਸਕਦੇ ਆਪਾਂ ਕਰੀਏ ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਐਡ ਕਰਦਾ ਜਾਵਾਂ ਕਿ ਜਦੋਂ ਪਿਛਲੀ ਵਾਰ ਕੈਪਟਨ ਸਾਹਿਬ ਇੱਥੇ ਆਏ ਤੇ ਉਹ ਇੱਕ ਪ੍ਰੋਗਰਾਮ ਲੈ ਕੇ ਆਏ ਕਿ ਮੈਂ ਸਿੱਖ ਯੂਥ ਨੂੰ ਉਹਦੀਆਂ ਨੀਹਾਂ ਨਾਲ ਜੋੜਨਾ ਚਾਹੁੰਦਾ ਹਾਂ ਹਾਂਜੀ ਬੜੀ ਖੁਸ਼ੀ ਦੀ ਗੱਲ ਸਾਰੇ ਸਿੱਖਾਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਸੀ ਖੁਸ਼ੀ ਦੀ ਲਹਿਰ ਸੀਗੀ ਹਾਂਜੀ
कि जे तुसी ये काम करते हो कि जे साडे इत्थे जंगस्टर आ उन्हां नूं नाल तुसी पंजाब नाल जोड़ना चाहुंदे हो उन्हां नूं उत्थे गुरुद्वारे दे दर्शन कराउणा चाहुंदे हो जां उन्हां नूं उत्थे पिछे जोड़ना चाहुंदे हो तुहाडे वास्ते साडे बड़ी माण दी गल आ। हाँ जी, पर यह जगतार सिंह उन्होंने जो फट के अंदर करता साढ़े जे अपने बच्चे ने कहते अं की करना जाना उ सू फ के सू टॉर्च करना है सू साडे केस पा देने तो कि बच्चा जाऊगा उत्थे ये जड़ा नालों तोड़न दिया चालां चल रहे ने जड़ा नाल जोड़न दिया चालां चल रहे ने कौम कौम तो इसे भंबल भूसे के पई हुई है। जे आपां इह ना सोचिए भी जगतार का केस है आपां सोचिए हर एक दिन किसी नाल भी हो सकता है। ये एक स्टैप मैं उत्थे दी सरकार ही कहूँगा मैं कैप्टन नूं उत्थे दी सरकार ने बाहरले सिखां ते एक्शन लाया हुण आपां बाहरले सिखां दे तां बाहरले गुरु घरां दी गल करदे भी आपां नूं भी सोच समझ के आपां कहिंदे इह स्टैप लईए जिथे इंडिविजुअल कोई भी आउंदा इंडिविजुअल तौर ते संगत दे रूप च आउण पर आपां अपनियां स्टेजां ना देईए ते नाले उहनां नूं भी इक बहुत तकड़ा सुनेहा जांदा भी सिख सारे इकट्ठे आ कनेडा विच बैठे अमरीका विच बैठे आस्ट्रेलिया विच बैठे न्यूजीलैंड यूके ने ते यूरोप च क्योंकि 15 देश यूरोप दे भी असी कोशिश कर रहे हैं। हाँ जी, भी उत्थे भी वक्रे वक्रे गुरु घरां च तां आ जिहड़ी संडे नूं मीटिंग होनी आ उत्थे बीबीसी वाले भी पहुंच रहा है। हाँ जी, क्योंकि उन्होंने भी पता भी एक बहुत बड़ा स्टैप है उन्होंने कहिंदे जे कौम थोड़ी वाली जागदी है ते जिहड़े इहो जिहे अदारे ने जिवें बीबीसी बड़ा वड्डा अदारा आ उहदे भी लोक फिर वह कहिंदे गल सुणो इहनां दी इह जे बेचारे बड़े ईमानदार लोग ने आनेस्ट लोग ने अपने करके खाण वाले ने इहनां दी क्यों नहीं गल सुनी जा रही। तो इहदा भाई मैनूं समां थोड़ा रह गया आपां होर भी गल कर ली मतलब कोई ना कोई कोर भी आ जांदा दूसरा आपां भाई साहब भाई अमरीक सिंह होणां दी सपुत्री अजकल इंग्लैंड दौरे ते ने उन्हां दे नाल सरदार बलदेव सिंह होणी भी आए हुए ने। हाँ जी, तो उन्हां बारे तुसीं थोड़ा जिहा संगतां नूं चानणा पाओगे भाई जिहड़े तां बाबा बलदेव सिंह होणी आ इह दमदम टकसाल नाल जोगे वाले साहब जोगे वाले। हाँ जी, तो पिछले साल तुहानूं चेता होणा भी भाई सुरजीत सिंह होणी कनेडा तों आए सी ਤਾਂ ਤੁਸੀਂ ਵੀ ਸੇਵਾ ਕੀਤੀ ਸੀ ਇੱਥੇ ਦੇ ਸਿੰਘਾਂ ਨੇ ਵੀ ਕੀਤੀ ਸੀ ਉਹਨਾਂ ਮੈਨੂੰ ਸੁਨੇਹਾ ਵੀ ਭੇਜਿਆ ਸੀ ਕਹਿੰਦੇ ਵੀ ਸਾਊਥ ਹਾਲ ਦੇ ਗੁਰੂ ਘਰ ਦੇ ਪ੍ਰਧਾਨ ਨੇ ਵੀ ਲੱਖ ਦੀ ਸੇਵਾ ਕੀਤੀ ਸੀ ਪਰ ਹਜੇ ਤੱਕ ਪਹੁੰਚੀ ਨਹੀਂ ਹੁਣ ਅਸੀਂ ਆਪ ਆਏ ਹਾਂ ਨਾਲੇ ਉਹ ਗੁਰਦੁਆਰੇ ਪ੍ਰੋਗਰਾਮ ਵੀ ਦੇ ਹਟਿਆ ਤਾਂ ਉਹਨਾਂ ਨੇ ਕੱਲ੍ਹ ਨੂੰ ਬਾਬਾ ਬਲਦੇਵ ਸਿੰਘ ਤਾਂ ਬੀਬੀ ਸਤਵੰਤ ਕੌਰ ਉਹਨਾਂ ਨੇ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਹੋਣਾ 5:30 ਤੋਂ 7:30 ਵਿੱਚ ਓਕੇ ਜੀ ਅਤੇ ਇੱਦਾਂ ਹੀ ਸੰਡੇ ਨੂੰ ਹਾਂਜੀ ਆਪਣੇ ਇੱਥੇ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਵਿੱਚ ਤਕਰੀਬਨ ਬਾਬਾ ਬਲਦੇਵ ਸਿੰਘ ਨੇ 1.5 ਘੰਟੇ ਦਾ ਪ੍ਰੋਗਰਾਮ ਦੇਣਾ 1:30 ਵਜੇ ਤੋਂ 3 ਵਜੇ ਤਾਂ ਕਰਕੇ ਹੁਣ ਸਿਰਫ 1-2 ਦਿਨ ਰਹਿੰਦੇ ਆ ਬੀਬੀ ਸਤਵੰਤ ਔਰ ਉਹਨਾਂ ਕਰਕੇ ਵੱਖਰੇ ਵੱਖਰੇ ਚੈਨਲਾਂ 'ਤੇ ਵੀ ਤਕਰੀਬਨ ਦਰਸ਼ਕਾਂ ਨੂੰ ਉਹਨਾਂ ਨੂੰ ਸੁਣਿਆ ਵੀ ਆ ਤਾਂ ਉਹ ਕਾਫੀ ਜਦੋਂ ਬੋਲਦੇ ਵੀ ਆ ਸਟੇਜ ਤੋਂ ਉਹ ਆ ਕਰਕੇ ਉਹ ਸਿੰਘ ਦੇ ਓਕੇ ਹਾਂਜੀ ਕਾਲ ਲੈ ਲਈਏ। ਹਾਂਜੀ ਵਾਹਿਗੁਰੂ ਜੀ ਕੌਣ ਸਾਹਿਬ ਦੇ ਕਿੱਥੋਂ ਬੋਲ ਰਹੇ ਜੀ? ਹਾਂਜੀ ਮੈਂ ਬਰਮਿੰਗਮ ਤੋਂ ਬੋਲਦਾ। ਹਾਂਜੀ ਹਾਂਜੀ ਆਪਣੇ ਵਿਚਾਰ ਦਿਓ ਵੀਰ ਜੀ। ਮੈਂ ਵਿਚਾਰ ਇਹ ਦਿੰਦਾ ਜੀ ਜਿਸ ਬੰਦੇ ਨੇ ਮਾਇਨ ਕੀਤਾ ਨਾ ਗੁਰਦੁਆਰੇ ਦਾ ਹਾਂਜੀ ਇਹ ਆਪਾਂ ਸੁਧਾਰਨ ਗੱਲ ਵਾ ਕਿ ਜੇ ਮੈਂ ਕਿਸੇ ਹੋਰ ਗੁਰਦੁਆਰੇ ਜਾਣਾ ਨਾ ਤੇ ਮੈਂ ਦੂਏ ਗੁਰਦੁਆਰੇ ਚਲਵਾਂ ਤੋਂ ਅਗਲੇ ਤਾਂ ਆਮ ਆਪਾਂ ਨੂੰ ਜਾਣਦੇ ਹੋ ਕਹਿੰਦੇ ਸਹਿਮਤ ਨਹੀਂ ਗਏ ਕਿ ਮਤਲਬ ਕੋਈ ਗੱਲ ਹੁੰਦੀ ਆ ਗੁਰਦੁਆਰੇ ਕੋਈ ਰੋਕਦਾ ਨਹੀਂ ਕੋਈ ਨਹੀਂ ਰੋਕਦਾ ਜੀ ਗੁਰੂ ਗੁਰਦੁਆਰਾ ਤਾਂ ਆਵਾਜ਼ਾਂ ਮਾਰਦੇ ਪਿਆ ਉਹ ਗੁਰੂ ਘਰ ਆ ਉਹ ਆਣ ਕੇ ਆਪਣਾ ਜੋ ਸੇਵਾ ਕਰਨੀ ਆ ਜੋ ਵੀ ਤੁਸੀਂ ਤੁਹਾਡੇ ਮਨ ਦੀ ਭਾਵਨਾ ਆ ਉਹਨੂੰ ਅੰਦਰ ਲੈ ਕੇ ਆਓ ਸੰਗਤ ਰਾਹੀਂ ਚੱਲਦੇ ਆ। ਹਾਂਜੀ ਤੇ ਮਤਲਬ ਕੋਈ ਮਾਣ ਨਹੀਂ ਕਰਦਾ ਉਹ ਸਿਰਫ ਆਪਾਂ ਜਾਣਦੇ ਬੁੱਝੇ ਇੱਕ ਦੂਜੇ ਨੂੰ ਤੇ ਆਪਾਂ ਕਹਿੰਦੇ ਅੱਜ ਵਿੱਚ ਕਿੱਦਾਂ ਕਿੱਦਾਂ ਵਿਹਲ ਹੋ ਗਿਆ ਠੀਕ ਹੈ ਆ ਗਿਆ ਤੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਦ ਇੰਨਾ ਆਪਣੇ ਵਿਚਾਰ ਦੇਣ ਦਾ ਤੇ ਅਸੀਂ ਆਪਾਂ ਉਹਨਾਂ ਨੂੰ ਬਜ਼ੁਰਗੋ ਆਪਾਂ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈਗੇ ਕੋਈ ਵੀ ਮੇਰਾ ਵੀਰ ਅਤੇ ਆਪਾਂ ਉਹਨਾਂ ਨੂੰ ਦੱਸਦਾ ਕਿ ਅਸੀਂ ਤੁਹਾਡੇ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਸਿੱਖ ਦੇ ਗੁਰੂ ਘਰਾਂ ਦੇ ਵਿੱਚ ਲੱਭਦੇ ਨੇ ਕਿ ਆਓ ਆਣ ਕੇ ਆਪਣਾ ਗੁਰੂ ਘਰ ਦੇ ਵਿੱਚ ਆਓ ਆਪਣੀ ਸੇਵਾ ਕਰੋ ਨਤਮਸਤਕ ਹੋਵੋ ਜੋ ਤੁਹਾਡੀ ਸ਼ਰਧਾ ਭਾਵਨਾ ਉਹਦੇ ਨਾਲ ਆਪਣਾ ਤੁਸੀਂ ਸੇਵਾ ਕਰ ਸਕਦੇ ਹਾਂ। ਸੋ ਸਾਧ ਸੰਗਤ ਜਿਸ ਤਰ੍ਹਾਂ ਮੈਂ ਦੱਸਦਾ ਜਾਵਾਂਗੇ ਭਾਈ ਸਾਹਿਬ ਭਾਈ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਭਾਈ ਅਮਰੀਕ ਸਿੰਘ ਹੁਣਾਂ ਦੀ ਸਪੁੱਤਰੀ ਔਰ
ਬਾਬਾ ਬਲਦੇਵ ਸਿੰਘ ਜੀ ਜੋ ਅੱਜ ਕੱਲ੍ਹ UK ਟੂਰ 'ਤੇ ਨੇ, ਕੱਲ੍ਹ ਨੂੰ ਉਹ ਸਲੋਹ ਗੁਰਦੁਆਰੇ ਆ ਰਹੇ ਨੇ, ਅਤੇ ਸੰਡੇ ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਪਾਰਕ ਐਵਨਿਊ ਦੇ ਵਿੱਚ ਆ ਰਹੇ ਨੇ। ਆਓ ਆਪਾਂ ਸਾਰੇ ਜਾਣੇ ਆਪੋ ਆਪਣਾ ਕੀਮਤੀ ਵਕਤ ਕੱਢ ਕੇ, ਕੀਮਤੀ ਟਾਈਮ ਕੱਢ ਕੇ ਉਹਨਾਂ ਮਹਾਨ ਸ਼ਖਸੀਅਤਾਂ ਦੇ ਪਰਿਵਾਰਾਂ ਦੇ ਵਿੱਚੋਂ ਜੋ ਆਏ ਨੇ ਉਹਨਾਂ ਦੇ ਵਿਚਾਰ ਸੁਣੀਏ, ਉਹਨਾਂ ਦੇ ਵਿਚਾਰਾਂ ਦੇ ਨਾਲ ਆਪਾਂ ਆਪਣੀ ਸਹਿਮਤੀ ਪ੍ਰਗਟਾਈਏ, ਤਾਂ ਕਿ ਉਹਨਾਂ ਨੂੰ ਹੋਰ ਇਹੋ ਜਿਹੇ ਕੰਮ ਕਾਰਜ ਕਰਨ ਦਾ ਇੱਕ ਨਵਾਂ ਬਲ ਅਤੇ ਸ਼ਕਤੀ ਮਿਲੇ। ਭਾਈ ਮੈਂ ਸਿਰਫ ਐਡ ਕਰਨੀ, ਮੈਂ ਉਦੋਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਗੱਲ ਕਰਨ ਲੱਗਾ ਸੀ, ਜਦੋਂ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣੇ ਸੀ 1977 ਵਿੱਚ। ਹਾਂਜੀ ਹਾਂਜੀ। ਤਾਂ 1984 ਤੱਕ ਜਦੋਂ ਉਹ ਸ਼ਹੀਦ ਹੁੰਦੇ। ਹਾਂਜੀ। ਤੁਸੀਂ ਤਾਂ ਹੁਣ ਪੰਜਾਬ ਵਿੱਚ ਰਹੇ, ਤੁਹਾਨੂੰ ਪਤਾ ਹੋਣਾ ਵੀ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ ਵੀ ਸੀ। ਹਾਂਜੀ। ਜਦੋਂ ਉਹਨਾਂ ਦੇ ਕਮਾਨ ਥੱਲੇ ਆਈ, ਹਾਂਜੀ, ਉਦੋਂ ਉਹ ਸਹੀ ਰਸਤੇ ਪਾਇਆ, ਮੈਂ ਇਹ ਹੀ ਕਹੂੰਗਾ ਜਿੰਨਾ ਕੁ ਸਾਨੂੰ ਪਤਾ। ਬਹੁਤ ਵਧੀਆ, ਬਹੁਤ ਤੁਹਾਡਾ ਧੰਨਵਾਦ ਕਿ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਵੀ ਕਾਰਕੁਨ ਸੀਗੇ ਮੋਸਟਲੀ ਤਾਂ ਉਹ ਪੋਸਟ ਗ੍ਰੈਜੂਏਟ ਸੀਗੇ, ਔਰ ਕਈ ਤਾਂ ਈਵਨ ਡਾਕਟਰੇਟ ਤੱਕ ਵੀ ਉਹ ਪਹੁੰਚੇ ਹੋਏ ਸੀਗੇ। ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ ਮਤਲਬ ਅਨਪੜ੍ਹਾਂ ਦਾ ਟੋਲਾ ਸੀਗਾ ਜਾਂ ਕਿਸ ਤਰ੍ਹਾਂ ਸੀਗਾ, ਉਹਨਾਂ ਨੂੰ ਇਹ ਗੱਲਾਂ ਵਿਚਾਰਨੀਆਂ ਚਾਹੀਦੀਆਂ ਨੇ। ਸਿੱਖ ਸਟੂਡੈਂਟ ਫੈਡਰੇਸ਼ਨ ਬੜੇ ਪੜ੍ਹੇ ਲਿਖੇ ਔਰ ਸੁਚੱਜੇ ਪ੍ਰਤੀਨਿਧਾਂ ਦੀ ਇੱਕ ਵੱਡੀ ਸੋਚ ਵਾਲੇ ਵੀਰਾਂ ਦੀ ਇੱਕ ਔਰਗਨਾਈਜੇਸ਼ਨ ਸੀਗੀ। ਸੋ ਉਹਨਾਂ ਦੇ ਜਿਹਦੇ ਵਿੱਚ ਅਫਕਾਰ ਵਾਸਤੇ। ਹਾਂਜੀ ਹਾਂਜੀ। ਵਾਹਿਗੁਰੂ ਜੀ। ਕੌਣ ਸਾਹਿਬ ਅਤੇ ਕਿੱਥੋਂ ਬੋਲ ਰਹੇ ਜੀ? ਵਾਹਿਗੁਰੂ ਜੀ। ਵਾਹਿ ਖਾਲਸਾ ਫਤਿਹ ਜੀ। ਹਰਪਿੰਦਰ ਸਿੰਘ, ਤੁਹਾਡਾ ਧੰਨਵਾਦ, ਆਪਣੇ ਵਿਚਾਰ ਦਿਓ ਵੀਰ ਜੀ। ਅਜੇ ਗੱਲਾਂ ਜਿਹੜੀਆਂ ਚੱਲ ਰਹੀਆਂ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਬਈ ਆਪਣੇ ਜਿਹੜਾ 12ਵੀਂ ਗੁਰੂ ਪ੍ਰੋਗਰਾਮ ਹੋ ਰਿਹਾ ਐਤਵਾਰ ਨੂੰ, ਇੱਥੇ ਸਾਰਿਆਂ ਨੂੰ ਮੈਂ ਆਪਣੇ ਜੋ ਵੀ ਆਪਣੇ ਹੈਗੇ ਆ ਸਿੱਖ ਕੌਮ, ਮੈਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਵੀ। ਹਾਂਜੀ ਹਾਂਜੀ, ਬਹੁਤ ਵਧੀਆ ਪਹੁੰਚਾਉਣਾ, ਕਿਉਂਕਿ ਇੱਥੇ ਆਪਾਂ ਟੈਲੀਵਿਜ਼ਨ ਦੇਖ ਕੇ ਕਹਿ ਦੇਣਾ ਕਿ ਵੀ ਹਾਂ ਪ੍ਰੋਗਰਾਮ ਬਹੁਤ ਸੋਹਣਾ ਸੀ, ਇਹਦੇ ਨਾਲ ਗੱਲ ਬਣਦੀ ਨਹੀਂ। ਅਤੇ ਦੂਸਰੀ ਜਿਹੜੇ ਤੁਸੀਂ ਆਹ ਕਹਿ ਰਹੇ ਸੀ ਕਿ ਬਈ ਆ ਜਿਹੜੇ ਆਪਣੇ ਗੁਰਦੁਆਰੇ 'ਚ ਇੰਟਰਫੀਅਰੈਂਸ ਸਰਕਾਰਾਂ ਦਾ, ਹਾਂਜੀ, ਅਤੇ ਇਹ ਉਹ ਜਿਹੜੀਆਂ ਕਮੇਟੀਆਂ ਉਹਨਾਂ ਦੇ ਸੱਦੇ 'ਤੇ ਹੀ ਆਉਂਦੇ ਆ, ਉਹ ਐਵੇਂ ਉਹ ਮੂੰਹ ਚੱਕ ਕੇ ਆਪ ਤਾਂ ਆ ਨਹੀਂ ਜਾਂਦੇ। ਨਹੀਂ ਵੀਰ ਜੀ, ਆਪਾਂ ਇਹ ਗੱਲ ਨਾਲ ਸਹਿਮਤ ਨਹੀਂ ਹੈਗੇ ਕਿ ਮਤਲਬ ਕਮੇਟੀਆਂ ਉਹਨਾਂ ਨੂੰ ਸਾਦੀਆਂ ਤਾਂ ਆਉਂਦੇ ਨੇ, ਪਰ ਉਹ ਤਾਂ ਕਮੇਟੀਆਂ ਨੂੰ ਵੀ ਕਈ ਥਾਵਾਂ 'ਤੇ ਪਤਾ ਨਹੀਂ ਲੱਗਣ ਦਿੰਦੇ ਐਡੇ ਉਹ ਸ਼ਾਤਰ ਦਿਮਾਗ ਨੇ, ਐਡੇ ਉਹ ਟ੍ਰੇਨ ਕੀਤੇ ਹੋਏ ਲੋਕ ਨੇ, ਉਹ ਸਾਡੇ ਵਿੱਚ ਉਹ ਸਾਡੇ ਤੋਂ ਵੱਧ ਸਾਬਤ ਸੂਰਤ ਸਿੱਖ ਨੇ, ਉਹ ਸਾਡੇ ਵਿੱਚ ਉਹ ਦਫਰਕਾ ਪੈਦਾ ਕਰਨ ਵਾਸਤੇ ਆਉਂਦੇ ਨੇ। ਉਹੋ ਜਿਹੀ ਸਰਕਾਰੀ ਦਖਲਅੰਦਾਜ਼ੀ ਆ, ਉਹਦੀ ਜਿੰਨੀ ਵੀ ਘੋਰ ਨਿੰਦਿਆ ਕੀਤੀ ਜਾਵੇ ਉਹ ਮਾੜੀ ਆ। ਬਾਕੀ ਗੁਰੂ ਘਰਾਂ ਦੇ ਵਿੱਚ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਆ, ਸਰਕਾਰੀ ਆ, ਦਰਬਾਰੀ ਆ, ਚਾਹੇ ਉਹ ਕਿਸੇ ਵੀ ਕਿਤੇ ਵੀ ਆ, ਜੋ ਵੀ ਉਹਦੇ ਮਨ ਦੀ ਭਾਵਨਾ ਵਾ, ਉਹ ਗੁਰੂ ਘਰ ਆਣ ਕੇ ਆਪਣੀ ਸੇਵਾ ਕਰ ਸਕਦਾ ਆ, ਸੇਵਾ ਲੈ ਸਕਦਾ ਆ, ਸੇਵਾ ਕਮਾ ਸਕਦਾ ਆ। ਹਿਸਟੋਰਿਕ ਦੇ ਮੱਥਾ ਟੇਕਣੂ ਤਾਂ ਲੜਾ ਬੇਗ ਹੁਣ ਵੀ ਆ ਗਏ ਸੀ ਛੇਵੇਂ ਪਾਤਸ਼ਾਹ ਦੇ ਦਬਾਨ 'ਚ, ਉਹ ਵੀ ਆਪਣੇ ਸਿੰਘ ਸੂਰਬਿਆਂ ਨੂੰ ਕਹਿੰਦੇ ਸੀ ਵੀ ਕਿੰਨੇ ਕੁ ਬੰਦੇ ਆ ਉਹਨਾਂ ਦੇ ਨਾਲ। ਹਾਂਜੀ ਹਾਂਜੀ। ਪਰ ਸਾਨੂੰ ਇਹ ਵੀ ਜਿਹਨਾਂ ਨੂੰ ਅਸੀਂ ਗਾਂਹ ਫਿਰ ਆ ਕੇ ਕਹਿੰਦੇ ਵੀ ਆਓ ਜੀ ਆਪਣੇ ਸਟੇਜਾਂ 'ਤੇ ਬੋਲੋ, ਇਹ ਸਾਨੂੰ ਸਟਾਪ ਆਪ ਕਰਨਾ ਪੈਣਾ। ਹਾਂਜੀ ਹਾਂਜੀ। ਇਹ ਚਾਹੇ ਕਮੇਟੀਆਂ ਦੇ ਮੈਂਬਰਸ਼ਿਪ ਹੋ, ਆਪਣੇ ਕੌਮ ਸੁੱਤੀ ਪਈ ਆ, ਜਾਗੋ, ਜਾ ਕੇ ਅਗਲੀਆਂ ਜਦੋਂ ਵੀ ਆਉਂਦੀ ਆ ਕੋਈ ਕਮੇਟੀ ਦੀ ਚੇਂਜ ਹੁੰਦੀ ਆ, ਜਾ ਕੇ ਮੈਂਬਰ ਵੱਲੋਂ ਹਿੱਸਾ ਲਓ। ਜਦੋਂ ਆਮ ਘਰੇ ਬੈਠਾ ਸਿੰਘ ਹਿੱਸਾ ਲੈਣ ਲੱਗ ਗਿਆ, ਫਿਰ ਆਪਣੇ ਮਸਲੇ ਬਹੁਤ ਛੇਤੀ ਹੱਲ ਹੋ ਜਾਣਗੇ। ਵੇਖੋ ਵੀਰ ਜੀ, ਜਦੋਂ ਕੈਨੇਡਾ ਵਾਲੇ ਵੀਰ ਚੱਲ ਪਏ ਨੇ, ਉਹ ਸਾਡੇ ਤੋਂ ਕੋਈ ਥੋੜ੍ਹੇ ਜਿਹੇ ਐਡਵਾਂਸ ਨੇ, ਜਦੋਂ ਕੈਨੇਡਾ ਵਾਲਿਆਂ ਨੇ ਇਹ ਗੱਲ ਨੂੰ ਮਹਿਸੂਸ ਕਰ ਲਿਆ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਖਾਮ ਖਾ ਦੀ ਦਖਲਅੰਦਾਜ਼ੀ ਕਰਕੇ ਸਾਡੇ ਵਿੱਚ ਪਾੜਾ ਪਾਇਆ ਜਾ ਰਿਹਾ ਆ, ਇੱਥੋਂ ਦੇ ਗੁਰੂ ਘਰ ਵੀ ਆਪੋ ਆਪਣੇ ਥਾਵਾਂ ਦੇ ਸੁਹਿਰਦ ਹੋਣਗੇ, ਸੁਚੱਜੇ ਹੋਣਗੇ, ਉਹ ਵੀ ਇਹਨਾਂ ਗੱਲਾਂ ਵੱਲ ਗੌਰਵ ਕਰਨਗੇ, ਧਿਆਨ ਦੇਣਗੇ। ਮੈਂ ਭਾਈ ਇੱਦਾਂ ਹੋਣਾ ਵੀ ਤਕਰੀਬਨ ਜਿੰਨਾ ਕੁ ਅਸੀਂ ਕੰਮ ਕੀਤਾ, ਅਸੀਂ ਤਾਂ ਮੀਡੀਆ ਵਿੱਚ ਕਹਿ ਤਿਆ ਵੀ 60-70 ਗੁਰੂ ਘਰ ਅਸੀਂ ਤਕਰੀਬਨ ਤਿਆਰ ਕਰ ਲੈ, ਪਰ ਜੇ ਰਲ ਮਿਲ ਕੇ ਆਪਾਂ ਕਰੀਏ 100 ਤੋਂ ਉੱਪਰ ਹੋ ਜਾਣਾ। ਹਾਂਜੀ। ਤਾਂ ਫਿਰ ਸੰਗਤ ਦਾ ਵੀ ਪ੍ਰੈਸ਼ਰ ਆ ਕਮੇਟੀਆਂ 'ਤੇ, ਸੰਗਤ ਵੀ ਕਮੇਟੀਆਂ ਨੂੰ ਕਹਿ ਸਕਦੀ ਵੀ ਦੇਖੋ ਆਹ ਕੁਛ ਸਿੱਖਾਂ ਨਾਲ ਹੋਇਆ। ਹਾਂਜੀ ਹਾਂਜੀ। 1984 ਤੋਂ ਹੋ ਰਿਹਾ। ਹਾਂਜੀ। ਉਹ ਸਰਕਾਰ ਦੇ ਰੈਪ੍ਰੈਜੈਂਟੇਟਿਵ ਆ। ਹਾਂਜੀ। ਤਾਂ ਅੱਜ ਉਹ ਆਪਣੇ ਨੌਜਵਾਨਾਂ ਨਾਲ ਹੋ ਰਿਹਾ। ਦੇਖੋ ਨਾ, ਵਿਦੇਸ਼ੀ ਜਿਸ ਤਰ੍ਹਾਂ ਜਰਮਨ ਗਵਰਨਮੈਂਟ ਦੇ ਵਿੱਚ, ਜਰਮਨ ਦੇ ਵਿੱਚ ਕਿੰਨੇ ਕੁ ਸਿੱਖ ਗੁਰਦੁਆਰੇ ਨੇ, ਬਹੁਤ ਥੋੜ੍ਹੇ ਸਿੱਖ ਸਾਡੇ ਵੀਰ ਭਰਾ ਰਹਿ ਰਹੇ ਨੇ, ਜੇ ਉੱਥੋਂ ਦੀ ਗਵਰਨਮੈਂਟ ਸੁਹਿਰਦ ਆ, ਉੱਥੋਂ ਦੀ ਗਵਰਨਮੈਂਟ ਸੰਸੀਅਰ ਆ ਕਿ ਜਿਹੜੀ ਬਾਹਰਲੀ ਜਿਹੜੀ ਸਰਕਾਰੀ ਦਖਲਦਾ ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਹੋ ਰਹੀ ਆ, ਉਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਜੇ ਉਹ ਗਵਰਨਮੈਂਟ ਕਰ ਸਕਦੀ ਹੈ ਤਾਂ ਬਾਕੀ ਗਵਰਨਮੈਂਟਾਂ ਨੂੰ ਵੀ ਕਰਨੇ ਚਾਹੀਦੇ ਇਹੋ ਜਿਹੇ ਉਪਰਾਲੇ। ਇੱਥੇ ਥੋੜ੍ਹਾ ਜਿਹਾ ਇੰਨਾ ਫਰਕ ਆ ਭਾਈ, ਜਿਹੜੀ ਇੱਥੇ MI5 ਆ, ਜਿਹੜੀ ਇੱਥੇ ਦੀ ਇੰਟੈਲੀਜੈਂਸ ਇੱਥੇ ਨਿਗਾਹ ਰੱਖਦੀ, ਸਾਨੂੰ ਜਿੰਨਾ ਕੁ ਪਤਾ ਲੱਗਾ ਉਹ ਕਹਿੰਦੇ ਅਸੀਂ ਇਕੱਲੇ ਬੰਦਿਆਂ ਨੂੰ ਜਾਣਦੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਉਹਨਾਂ ਦਾ ਕੰਮ ਆ। ਹਾਂਜੀ। ਇਹਦਾ ਮੈਂ ਨਾ ਐਵੀਡੈਂਸ ਇਹਨਾਂ ਕੋਲ ਵੀ ਆ। ਹਾਂਜੀ। ਪਰ ਇਹ ਉਹ ਚਾਹੁੰਦੇ ਨੀਗੇ ਕਿ ਮਤਲਬ ਕੋਟਾਂ ਵਿੱਚ ਉਹਨਾਂ ਨੂੰ ਜਾਓ, ਉਹਨਾਂ ਰੈਸਟ ਕਰੋ। ਮੈਂ ਪਹਿਲਾਂ ਹੀ ਗੱਲ ਕਰ ਦਿੱਤੀ, ਜਦੋਂ ਕੌਮ ਸੁੱਤੀ ਪਈ ਆ ਉਹਨੂੰ ਉਹ ਕਿਉਂ ਪੰਗਾ ਖੜਾ ਕਰਨ, ਜਦੋਂ ਕੌਮ ਜਾਗੂਗੀ, ਕੌਮ ਨੂੰ ਪਤਾ ਲੱਗੂਗਾ ਵੀ ਇਹ ਸਾਡੇ ਖਾਮ ਖਾਦੇ ਸਾਡੇ ਵਿੱਚ ਆ ਜਿਹੜੇ ਕਦੀ
ਕਦੀ ਗੁਰੂ ਗ੍ਰੰਥ ਸਾਹਿਬ ਦਾ ਵਿੱਚ ਲਿਆਉਣ ਕੇ ਗੱਲ ਵਿੱਚ ਲਾ ਆਉਂਦੇ ਨੇ, ਕਦੀ ਦਸਮ ਗ੍ਰੰਥ ਦੀ ਗੱਲ ਲਿਆਉਂਦੇ ਨੇ, ਕਦੀ ਕੋਈ ਵੀ ਤੋਂ ਫੜ ਕੇ ਲਿਆਉਂਦੇ ਨੇ, ਇਹੋ ਜਿਹੇ ਮੁੱਦੇ ਖਾਮ ਖਾ ਦੇ, ਇਹ ਸਰਕਾਰੀ ਕੰਮ ਹੀ ਸਾਰੇ ਹੋ ਰਹੇ ਨੇ, ਇਹ ਸਿਰਫ ਸਿੱਖਾਂ ਨੂੰ ਲੜਾਉਣ ਦੀ ਗੱਲ ਆ। ਪਰ ਇਹੀ ਆ ਇੱਕ ਤਾਂ ਆਪਾਂ ਨੂੰ ਸਿਆਣੇ ਹੋਣਾ, ਅੱਜ ਤੱਕ ਜਿੰਨੇ ਵੀ ਸਿੱਖ ਕੌਮ ਦੇ ਵਿੱਚੋਂ ਆਰਗਨਾਈਜੇਸ਼ਨਾਂ ਹੋਰ ਬਣੀਆਂ ਨੇ ਜਾਂ ਹੋਰ ਬਣਾਏ ਜਾ ਰਹੇ ਨੇ, ਉਹਨਾਂ ਵਿੱਚ ਪਾੜਾ ਪਾਇਆ ਜਾ ਰਿਹਾ, ਇਹੋ ਹੀ ਕੰਮ ਤਾਂ ਗੌਰਮੈਂਟਾਂ ਕਰਾ ਰਹੀਆਂ ਨੇ। ਪਰ ਮੇਨਲੀ ਇਹੀ ਆ ਭਾਈ ਵੀ ਜਿੰਨੇ ਵੀ ਦਰਸ਼ਕ ਸੰਗਤ ਟੀ ਵੀ ਦੇਖ ਰਹੇ ਆ, ਦੇਖੋ ਹਰ ਇੰਡੀਵਿਜੁਅਲ ਬੰਦੇ 'ਤੇ ਇਹ ਡਿਊਟੀ ਬਣ ਜਾਂਦੀ ਆ। ਹਾਂਜੀ, ਵੀ ਜਿੱਥੇ ਵੀ ਆਪਾਂ ਰਹਿੰਦੇ ਹਾਂ, ਆਪਾਂ ਆਪਣੇ ਜਿਹੜੇ ਭੈਣ ਭਰਾ ਆ ਕਮੇਟੀਆਂ ਵਿੱਚ ਉਹੀ ਆ, ਹਾਂਜੀ, ਉਹਨਾਂ ਨੂੰ ਆਪਾਂ ਕਹੀਏ ਕਿ ਮੈਨੂੰ ਇਹ ਕੋਈ ਵੀ ਕਮੇਟੀ ਨਹੀਂ ਹੋਣੀ ਜਿਹੜੀ ਨਹੀਂ ਚਾਹੁੰਦੀ। ਹਾਂਜੀ, ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਸੀਂ ਪੈਨਲ ਦੇ ਵਿਚਾਰ ਸੁਣੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਔਰ ਜੋ ਅੱਜ ਦਾ ਜੋ ਸਾਡੇ ਵਿਸ਼ੇ ਸੀਗੇ ਕਿ ਇੱਕ ਤਾਂ ਜੋ ਸਿੱਖ ਵਾਰ ਮੈਮੋਰੀਅਲ ਦੇ ਉੱਤੇ ਜੋ ਚੰਗਾ ਇੱਕ ਕਾਰਜ ਆ, ਆਓ ਸਾਰੇ ਜਾਣੇ, ਸਾਰੇ ਮੇਰੇ ਵੀਰ ਭਰਾ, ਸਾਰੇ ਆਪੋ ਆਪਣੀਆਂ ਔਰਗਨਾਈਜੇਸ਼ਨਾਂ ਨੂੰ ਭੁੱਲ ਕੇ ਇੱਕ ਔਰਗਨਾਈਜੇਸ਼ਨ ਥੱਲੇ ਝੰਡੇ ਥੱਲੇ ਇਕੱਠੇ ਹੋਈਏ, ਇੱਕ ਗੁਰੂ ਗ੍ਰੰਥ ਸਾਹਿਬ ਦੇ ਥੱਲੇ, ਗੁਰੂ ਗ੍ਰੰਥ ਸਾਹਿਬ ਦੇ ਨੂੰ ਮੂਹਰੇ ਲਾ ਕੇ ਆਪਾਂ ਉਹਨਾਂ ਦੇ ਪਿੱਛੇ ਲਾ ਕੇ ਇਹ ਕੌਮ ਦਾ ਜੋ ਕਾਰਜ ਆ ਉਹਨੂੰ ਪੂਰਾ ਕਰੀਏ, ਤਾਂ ਕਿ ਲੰਡਨ ਦੇ ਵਿੱਚ ਕਿਸੇ ਸਹੀ ਜਗ੍ਹਾ ਦੇ ਉੱਤੇ ਇਹੋ ਜਿਹਾ ਕੋਈ ਮੋਨੂਮੈਂਟਸ ਬਣ ਜਾਵੇ ਜਿੱਥੇ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿ ਸਿੱਖਾਂ ਨੇ ਕਿੰਨੀਆਂ ਵੱਡੀਆਂ ਦੋ ਜੰਗਾਂ ਦੇ ਵਿੱਚ ਕੁਰਬਾਨੀਆਂ ਕੀਤੀਆਂ ਨੇ। ਸੋ ਆਓ ਆਪਾਂ ਇਹੋ ਜਿਹੇ ਸਾਰੇ ਰਲ ਕੇ ਸਾਰੇ ਮੇਰੇ ਵੀਰ ਭਰਾ ਆਪੋ ਆਪਣਾ ਯੋਗਦਾਨ ਪਾਉਣ। ਸੋ ਸੰਗਤ ਟੈਲੀਵਿਜ਼ਨ ਸੰਗਤਾਂ ਦਾ ਟੈਲੀਵਿਜ਼ਨ ਆ, ਹਰਗੋਬਿੰਦ ਪਾਤਸ਼ਾਹ ਦੇ ਮਾਲਕ ਨੇ, ਆਓ ਸਾਰੇ ਜਾਣ ਕੇ ਸਾਰੇ ਆਪਾਂ ਰਲ ਕੇ ਇਹਦੇ ਵਿੱਚ ਆਪਾਂ ਹੋਰ ਯੋਗਦਾਨ ਪਾਈਏ, ਤਾਂ ਕਿ ਇਸ ਤੋਂ ਆਪਾਂ ਕੌਮੀ ਪੱਧਰ ਦੇ ਹੋਰ ਮਸਲੇ ਜੋ ਨੇ ਉਹ ਸੁਲਝਾਏ ਜਾ ਸਕਣ। ਸੋ ਇੰਨੀਆਂ ਕੁ ਬੇਨਤੀਆਂ ਅੱਜ ਦੇ ਇਸ ਪ੍ਰੋਗਰਾਮ ਦੀਆਂ ਸਾਡੀਆਂ ਪ੍ਰਵਾਨ ਕਰਿਆ ਜੇ, ਬੇਨਤੀ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।